ਸਾਹਿਬ ਭਾਈ ਜਗਵੀਰ ਸਿੰਘ ਜੀ ਜਲੰਧਰ ਵਾਲੇ ਤਿੰਨਾਂ ਦਾ ਰਾਗੀ ਜਥਾ ਸੋ ਸਮੁੱਚੇ ਹੀ ਜਥੇਦਾਰ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ। ਆਓ ਅਤੀ ਸਤਿਕਾਰਯੋਗ ਗਿਆਨੀ ਭਾਈ ਪਰਮਜੀਤ ਸਿੰਘ ਜੀ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਾਲੇ ਤਿੰਨਾਂ ਦੇ ਪਾਸੋਂ ਚੱਲ ਰਹੀ ਲੜੀਵਾਰ ਭਗਤਾਂ ਦੀ ਬਾਣੀ ਦੇ ਵਿੱਚੋਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਨਾਗਤੀ ਕਰ ਪ੍ਰਸਾਦ ਗੁਰਦੇਵ
ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਧੂ ਹੈ ਵੀ ਨਹੀਂ ਤੁਸੀਂ ਮੇਰੇ ਕੋਲ ਆਓ ਬੈਠੋ ਤੁਹਾਨੂੰ ਕੋਈ ਕਹਿ ਦੇ ਪਰਮਜੀਤ ਸਿੰਘ ਜੀ ਸਾਧੂ ਨੇ ਆਖੋ ਹੈ ਤੁਸੀਂ ਜ਼ਰੂਰ ਮਨ ਵਿੱਚ ਸ਼ੱਕ ਸ਼ੁਭਾ ਰੱਖਣਾ ਕਿਉਂਕਿ ਤੁਹਾਨੂੰ ਸਾਧੂ ਦਾ ਪਤਾ ਹੀ ਨਹੀਂ ਲੱਗਣਾ ਸਾਡੇ ਕੋਲ ਕੀ ਕਸੋਟੀ ਆ ਵੀ ਇਹ ਸਾਧੂ ਹੈ ਜਾਂ ਨਹੀਂ ਜੇ ਤੁਸੀਂ ਕਦੀ ਗੁਰਬਾਣੀ ਚੋਂ ਪੜੋ ਆਖੋ ਹੈ ਸਾਧ ਸੰਗ ਮੁੱਖ ਉਜਲ ਹੋਤ ਜਿਹੜਾ ਸਾਧੂ ਹੋਊਗਾ ਉਹਦੀ ਸੰਗਤ ਕਰਨ ਨਾਲ ਬੰਦੇ ਦਾ ਮੁੱਖ ਉਜਲਾ ਹੁੰਦਾ ਜਾਊਗਾ ਉਜਲਾ ਅੰਦਰਲਾ ਧੋਤਾ ਜਾਂਦਾ ਉਹ ਸਾਧ ਸੰਗ ਮਨ ਆਉਂਦੀ ਨਹੀਂ ਬਾਣੀ ਬੋਲੋ
ਸਾਧ ਸੰਗ ਮਲ ਸਾਰੀ ਮਲ ਸਾਰੀ ਅੰਦਰ ਦੀ ਮੈਲ ਖਤਮ ਹੁੰਦੀ ਜਾਊਗੀ ਜੇ ਕਦੀ ਜ਼ਿੰਦਗੀ 'ਚ ਕੋਈ ਪੂਰਨ ਸਾਧੂ ਮਿਲ ਗਿਆ। ਆਖੋ ਹੇ ਹੋਵੇ ਸਾਧੂ, ਦੋ ਸ਼ਬਦ ਨੇ, ਇੱਕ ਸਾਧੂ ਇੱਕ ਸਵਾਦੂ। ਸਵਾਦੂ ਨਾ ਹੋਵੇ, ਸਾਧੂ ਹੋਵੇ। ਸਾਧੂ ਸਾਧ ਕੇ ਸੰਗ ਮਾਲਕ ਦੀ ਸੰਗਤ ਵਿੱਚ ਵੀ ਆਣ ਕੇ ਤੁਸੀਂ ਬਹਿ ਜਾਓ, ਨਹੀਂ ਕੋਈ ਘਾਲਣਾ ਹੋਈ ਤੇ ਐਡਾ ਵੱਡਾ ਪੂਰਨ ਸਾਧੂ ਹੈ, ਦਰਸ਼ਨ ਭੇਟਤ ਹੋਤ ਨਿਹਾਲ ਹੋ ਸਕਦੇ ਹੋ ਤੁਸੀਂ। ਆਖੋ ਹੇ ਗੁਰੂ, ਆਪਣੇ ਗੁਰਮੁਖ ਪਿਆਰੀਆਂ ਰੂਹਾਂ ਨੇ ਲੁਧਿਆਣੇ ਦੇ ਕੋਲ ਦੀਆਂ, ਆਖੋ ਹੇ ਗੁਰੂ। ਬਾਹਰ ਮੈਨੂੰ ਜੋੜੇ ਖਾਨੇ ਸੁਚੇਤ ਰਹੋ। ਜੇ ਤੁਸੀਂ ਸਤਸੰਗਤ ਵਿੱਚ ਆਣ ਕੇ ਕੋਈ ਕਮਾਈ ਨਹੀਂ ਵੀ ਕਰ ਸਕੇ, ਆਖੋ ਹੇ ਵਾਹਿਗੁਰੂ। ਜੇ ਤੁਹਾਡੇ ਮਨ ਨਹੀਂ ਜੁੜਿਆ, ਤੁਹਾਡੇ ਕੋਲ ਕੋਈ ਕਮਾਈ ਨਹੀਂ ਹੋਈ, ਤੇ ਗੁਰੂ ਗ੍ਰੰਥ ਸਾਹਿਬ ਦਾ ਇੱਕ ਬਚਨ ਹੈ, ਗੁਨਾਹ ਉਸਕੇ ਸਗਲ ਆਫੂ। ਉਰਦੂ ਆਉਂਦਾ ਕਿਸੇ ਨੂੰ? ਉਹਨਾਂ ਜ਼ਿਲ੍ਹਾ ਅਗਲੇ ਵਾਲੀਆਂ ਨੂੰ ਉਰਦੂ ਨਹੀਂ ਆਉਂਦਾ। ਆਫੂ ਮੀਨ ਬਖਸ਼ੇ ਗਏ, ਗੁਨਾਹ ਗੁਨਾਹ ਉਸਕੇ ਸਗਲ ਆਫੂ। ਬੋਲੋ ਮਤਲਬ ਆਫੂ ਮੀਨ ਕੀ ਕੀਤਾ ਜੀ? ਇੱਥੇ ਆਉਂਦੇ ਕਹਿੰਦੇ ਨਹੀਂ 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 ਨਹੀਂ, ਤੇਰੇ ਜਨ ਦੇਖੇ ਦੀਦਾਰ। ਅਰਥ ਕਰ ਲਓਗੇ? ਤੇਰੀ ਸੰਗਤ ਜਿਹੜੀ ਬੈਠੀ ਆ ਨਾ, ਤੇਰੇ ਸੇਵਕ ਬੈਠੇ ਨੇ। ਬਾਬਾ ਕਬੀਰ ਕਹਿੰਦਾ ਜਿਹਨੇ ਇਹਨਾਂ ਦੇ ਵੀ ਆਣ ਕੇ ਦਰਸ਼ਨ ਕੀਤੇ ਉਹਦੇ ਸਾਰੇ ਗੁਨਾਹ ਮਾਫ ਹੋ ਗਏ। ਮੈਂ ਨਹੀਂ ਇਹ ਕਹਿ ਰਿਹਾ, ਸਤਿਗੁਰੂ ਦੀ ਅੰਮ੍ਰਿਤ ਬਾਣੀ ਦੇ ਇਹ ਵਚਨ ਨੇ। ਗੁਨਾਹ ਉਸਕੇ ਸਗਲ ਆਫੂ, ਆਫੂ ਮੀਨ ਕੀ ਕਿਹਾ? ਬਖਸ਼ੇ ਗਏ। ਕੀ ਕੀਤਾ ਜਿਹਨਾਂ ਨੇ? ਤੇਰੇ ਜਨ ਦੇਖੇ ਦੀਦਾਰ, ਤੇਰੇ ਜਨ ਦੇਖੇ, ਤੇਰੇ ਜਨ ਜਿਹੜੇ ਨੇ ਇਹਨਾਂ ਦੇ ਵੀ ਦੀਦਾਰ ਜਿਹਨਾਂ ਨੇ ਕੀਤੇ ਨਾ। ਮੈਂ ਨਹੀਂ ਕਹਿ ਰਿਹਾ, ਭਰੋਸਾ ਕਰੋ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਉਹਦੇ ਸਭ ਗੁਨਾਹ ਮਾਫ ਹੋ ਗਏ। ਤੁਸੀਂ ਆਓ ਸੰਗਤ ਵਿੱਚ, ਨਹੀਂ ਪਤਾ ਲੱਗਦਾ ਕਥਾ ਦਾ, ਕੀਰਤਨ ਦੀ ਸੋਚੀ ਨਹੀਂ ਪੈਂਦੀ। ਆਹ ਸਾਰੀ ਬੈਠੀ ਸੰਗਤ ਦੇ ਦਰਸ਼ਨ ਕਰ ਜਾਓ ਹੱਥ ਜੋੜ ਕੇ। ਮੇਰਾ ਗੁਰੂ ਕਹਿੰਦਾ ਤੇਰੇ ਅੱਜ ਦੇ ਕੀਤੇ ਸਾਰੇ ਗੁਨਾਹਾਂ 'ਤੇ ਮੈਂ ਕਾਂਟਾ ਮਾਰਦਾ। ਆਖੋ ਜੀ ਮਹਿਮਾ ਸਾਧੂ ਸੰਗ ਕੀ। ਸੁਣੋ ਮੇਰੇ ਮੀਤਾ, ਮੇਰੇ ਮਿੱਤਰੋ, ਆਓ ਤੁਹਾਨੂੰ ਸਤਸੰਗਤ ਵਿੱਚ ਆਉਣ ਦੀ ਮਹਿਮਾ ਦੱਸਾਂ, ਸਾਧੂ ਦੀ ਸੰਗਤ ਵਿੱਚ ਬਹਿਣ ਦੀ ਮਹਿਮਾ ਦੱਸਾਂ। ਮੈਲ ਕੋਈ ਇੱਧਰ ਵੇਖੋ ਜੀ ਤੁਸੀਂ, ਨਾ ਟਿਕੋ, ਮੈਲ ਕੋਈ ਮੈਲ ਲੱਥ ਗਈ। ਕੋਟ ਅੱਗ ਹਰੇ, ਕੋਟ ਅੱਗ ਹਰੇ, ਉੱਚੀ ਬੋਲੋ, ਅੱਗ ਬਣੇ ਪਾਪ, ਕੋਟ ਬਣੇ ਕਰੋੜਾਂ ਪਾਪ ਲੱਥ ਗਿਆ ਸੰਗਤ 'ਚ ਬਹਿਣਾ। ਇੰਨਾ ਭਰੋਸਾ ਕਰਿਆ ਕਰੋ ਹਾਂ ਵੀ ਇਹ ਵਚਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਹੇ ਨੇ, ਪਰਮਜੀਤ ਸਿੰਘ ਪੜ੍ਹ ਕੇ ਸੁਣਾ ਰਿਹਾ। ਆਖੋ ਵਾਹਿਗੁਰੂ। ਆਹ ਜਿਹੜੇ ਦੋ ਡੱਬੇ ਪਏ ਨੇ ਮੇਰੇ ਸਾਹਮਣੇ,
ਜਿਹੜੀ ਇਹਨਾਂ 'ਚੋਂ ਆਵਾਜ਼ ਆ ਰਹੀ ਹੈ ਇਹਨਾਂ ਡੱਬਿਆਂ ਦੀ ਆਵਾਜ਼ ਨਹੀਂ ਗੀ, ਤੁਸੀਂ ਫੜਿਓ ਜੀ ਗੁਰੂ ਕੇ ਸਿੱਖੋ, ਥੱਕੇ ਲੱਗਦੇ ਆ, ਅੱਖ ਵਾਹਿਗੁਰੂ ਕਿਹੜਾ ਦੱਸ ਰਿਹਾ। ਆਹ ਜਿਹੜੀ ਡੱਬਿਆਂ 'ਚੋਂ ਆਵਾਜ਼ ਆ ਰਹੀ ਹੈ, ਡੱਬਿਆਂ ਦੀ ਆਵਾਜ਼ ਨਹੀਂ ਗੀ, ਧੀਏ ਤੂੰ ਤਾਂ ਸਟੇਜ 'ਤੇ ਮੇਰੀ ਬੱਚੀ ਹੈ, ਆਹ ਡੱਬਿਆਂ ਦੀ ਆਵਾਜ਼ ਨਹੀਂ ਗੀ, ਇਹ ਇਹਨਾਂ ਡੱਬਿਆਂ 'ਚ ਮੇਰੀ ਆਵਾਜ਼, ਇਸ ਡੱਬੇ ਦੇ ਵਿੱਚ ਮੇਰੀ ਆਵਾਜ਼ ਨਹੀਂ ਗੀ, ਇਹ ਗੁਰੂ ਦੇ ਸ਼ਬਦ ਦੀ ਆਵਾਜ਼ ਹੈ। ਤੁਸੀਂ ਉੱਥੋਂ ਤੱਕ ਪਹੁੰਚੋ ਵੀ ਜਿਹੜੀ ਮੈਂ ਅੱਜ ਆਵਾਜ਼ ਸੁਣ ਕੇ ਆਇਆ, ਆਖੋ ਪਤਾ ਲੱਗ ਰਿਹਾ ਜਿਹੜੀ ਮੈਂ ਅੱਜ ਆਵਾਜ਼ ਸੁਣ ਕੇ ਆਇਆ ਉਹ ਮੇਰੇ ਬਾਪੂ ਦੀ ਸੀ, ਉਹ ਕਹਿੰਦਾ ਸੀ ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਪਿਤਾ ਮੇਰੇ ਮਿੱਤਰੋ, ਆਓ ਮੈਂ ਦੱਸਾਂ ਸਤਸੰਗਤ ਕਰਨ ਦੀ ਕੀ ਮਹਿਮਾ ਕੀ ਵਡਿਆਈ ਆ, ਮੈਲ ਖੋਈ ਸਤਸੰਗਤ ਵਿੱਚ ਬਹਿਣ ਨਾ, ਤੁਸੀਂ ਰੋਜ਼ ਪੜ੍ਹਦੇ ਹੋ ਰਾਮਦਾਸ ਸਰੋਵਰ ਨਾਤੇ, ਰਾਮਾ ਦੇ ਦਾਸ ਦੇ ਸਰੋਵਰ ਵਿੱਚ ਜਿਹੜੀਆਂ ਜੀਵ ਆਤਮਾ ਚੁੱਭੀਆਂ ਲਾਉਂਦੀਆਂ, ਵਾਹਿਗੁਰੂ ਵਾਹਿਗੁਰੂ ਖੁੱਲ ਕੇ ਲਓ ਚੁੱਭੀ, ਵਾਹਿਗੁਰੂ 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 ਬੋਲੋ, ਵਾਹਿਗੁਰੂ 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 ਇੱਧਰ ਉੱਧਰ ਨਾ ਵੇਖੋ, ਟਿਕ ਕੇ ਵਾਹਿਗੁਰੂ 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 ਰੱਬ ਦੀ ਕਰੋਮਣੀ ਦੇ ਧਿਆਨ ਰੱਖੋ, ਵਾਹਿਗੁਰੂ 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 ਧੀਓ ਸਾਰੀਆਂ ਬੋਲੋ, ਵਾਹਿਗੁਰੂ ਵਾਹਿਗੁਰੂ ਸਾਖੇ ਬੈਠੇ ਹਾਂ, ਮੇਰੇ ਨਾਨੇ ਨੂੰ ਇਹਨੇ ਆਹ ਕੁਝ ਕਿਹਾ, ਮੇਰੇ ਦਾਦੇ ਨੂੰ ਇਹ ਕੁਝ ਕਿਹਾ, ਆਹ ਜਿਹੜਾ ਚੇਤਾ ਭਰਿਆ ਇਹਨਾਂ ਫੋਕਟ ਗੱਲਾਂ ਦੇ ਨਾਲ, ਇੰਨੀ ਕਵਾੜ ਦੇ ਨਾਲ ਭਰਿਆ, ਇਹ ਨਿਰਮਲ ਚਿੱਤ ਹੋ ਜਾਂਦਾ ਹੈ ਜਦੋਂ ਸਤਿਗੁਰ ਦੀ ਸੰਗਤ ਕਰੀਏ। ਮੈਲ ਖੋਈ ਕੁੱਟ ਅੱਗ ਹਰੇ,
ਨਿਰਮਲ ਭੈ ਕਿੱਦਾਂ ਅੱਗੇ ਤੇ ਬੜੇ ਕਮਾਲ ਦੇ ਬਚਨ ਕਰੇਗੀ ਸਰਕਾਰ। ਇੱਕ ਪਿਘਲਾ ਜਿਹਦੀਆਂ ਲੱਤਾਂ ਹੈ ਨਹੀਂ, ਹਾਜ਼ਰ ਹੋ, ਇੱਕ ਪਿਘਲਾ ਜਿਹਦੀਆਂ ਲੱਤਾਂ ਹੈ ਨਹੀਂ ਪਹਾੜ 'ਤੇ ਚੜ੍ਹ ਸਕਦਾ। ਦੱਸੋ ਜੀ ਗੁਰੂ ਕੇ ਸਿੱਖੋ, ਸਾਰੇ ਹਿੰਦੋ ਜੁਲੋ ਨਾ, ਇੱਕ ਵਾਰ ਬੋਲੋ, ਜਿਸ ਬੰਦੇ ਦੀਆਂ ਲੱਤਾਂ ਸੁੱਕੀਆਂ ਨੇ ਅਤੇ ਚੜ੍ਹਨਾ ਪਹਾੜ 'ਤੇ ਚੜ੍ਹ ਸਕਦਾ? ਮੇਰਾ ਗੁਰੂ ਕਹਿੰਦਾ ਚੜ੍ਹ ਸਕਦਾ। ਮੇਰਾ ਗੁਰੂ ਕਹਿੰਦਾ ਪਿੰਗਲ ਪਰਬਤ ਪਾਰ ਪਰੇ, ਬੋਲੋ ਪਿੰਗਲ ਪਰਬਤ ਪਾਰ ਪਰੇ। ਮਹਿਸੂਸ ਕਰੋ, ਮਹਿਸੂਸ ਕਰੋ ਬਾਬੇ ਨਾਨਕ ਦੇ ਪੁੱਤਰੋ, ਇਸ ਗੱਲ ਨੂੰ ਮਹਿਸੂਸ ਕਰੋ, ਇੱਕ ਪਿਘਲਾ ਵੀ ਪਹਾੜ 'ਤੇ। ਸੁਖਮਨੀ ਸਾਹਿਬ ਨੇ ਲਿਖਿਆ, ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾਂ ਉਸ ਗਵਨ। ਲਿਖਿਆ ਜੀ, ਇੱਕ ਪਿਘਲਾ ਕਿਤਰਾ ਪਹਾੜ 'ਤੇ ਚੜ੍ਹ ਸਕਦਾ? ਮੇਰਾ ਗੁਰੂ ਕਹਿੰਦਾ ਸਤਸੰਗਤ ਕਰੇ ਜੀ ਬਾਤਮਾ, ਉਹ ਜਿਹੜਾ ਰੱਬ ਦਾ ਉੱਚਾ ਅਵਸਥਾ ਵਾਲਾ ਪਹਾੜ ਆ ਨਾ, ਪਕੜ ਰਹੇ ਹੋ ਜੀ, ਰੱਬ ਦੀ ਉੱਚੀ ਘਾਟੀ ਹੈ ਜਿਹਦੇ 'ਤੇ ਜੀਵ ਕੋਲੋਂ ਨਹੀਂ ਚੜ੍ਹਿਆ ਜਾ ਰਿਹਾ। ਆਖੋ ਵਾਹਿਗੁਰੂ। ਪਿੰਗਲ ਪਰਬਤ ਭਾਰ ਪਰੇ ਖਲ ਚਤਰ ਬਕੀਤਾ, ਖਲ ਬਣੇ ਦਾ ਮੂਰਖ। ਮੇਰੇ ਸਤਿਗੁਰੂ ਦੀ ਸਤਸੰਗਤ ਜੀਵ ਆਤਮਾ ਕਰੇ, ਮੂਰਖ ਤੋਂ ਮੂਰਖ 'ਤੇ ਵੀ ਚਾਤਰ ਬਣ ਜਾਂਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਰੋ ਕਰੋ ਇੱਥੇ ਹੋ, ਲਾ ਦੋ ਹਜਲੀ ਨਿੰਦਾ ਵਾਲੀ ਸਾਰੀ ਅਵਸਥਾ ਇੱਥੇ, ਵਾਹਿਗੁਰੂ ਵਾਹਿਗੁਰੂ ਛੱਡ ਦਿਓ ਇਹਨੂੰ, ਵਾਹਿਗੁਰੂ 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 ਸਫਲ ਹੋਇਆ ਨਾਮ ਜਪਣ ਲੱਗ ਪੜਦੇ ਹਰ ਪਾਣੀ ਬੋਲੋ ਵਾਹਿਗੁਰੂ 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 ਵਾਹਿਗੁਰੂ। ਦੇਖੋ ਮੀਂਹ ਤੇ ਪੈਣ ਲੱਗ ਪਿਆ, ਹੋਰ ਕਿਤਨਾ ਮੀਂਹ ਪੈਣਾ। ਵਾਹਿਗੁਰੂ 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 ਫਿਰ ਇੱਕ ਵਾਰ ਪੜ੍ਹੋ ਮੈਲ ਖੋਈ, ਬੋਲੋ ਉੱਚੀ ਉੱਚੀ ਬੋਲਿਆ, ਖੋਈ ਦਾ ਮਤਲਬ ਕੀ ਦੱਸਿਆ? ਖੋਈ ਹਾਂ, ਗੁਆਚ ਗਈ ਵੀ ਬਣਦਾ ਤੇਰਾ ਵਚਨ ਸਾਧਿਆ, ਮੇਰਾ ਪਰਸ ਖੋ ਗਿਆ, ਮੈਂ ਇੱਥੇ ਮਤਲਬ ਕਹਾਂਗੇ ਖਤਮ ਹੋ ਗਈ ਮੈਲ, ਖਤਮ ਹੋ ਗਈ। ਤੇ ਇੱਕ ਪਾਪ ਨਹੀਂ ਲੱਥਾ, ਸਭ ਉੱਤਰੇ, ਉੱਚੀ ਬੋਲਿਆ ਕਰੋ ਨਾ, ਤੁਹਾਡਾ ਹੀ ਤੇ ਵੇਖੋ ਚੈਪਟਰ ਵੀ ਤੁਹਾਡਾ, ਕੋਈ ਢੋਲਕੀ ਖੜਕਾਉਣ ਵਾਲਾ ਆ ਜੇ ਨਾ ਗੁਰੂ ਕੇ ਸਿੱਖੋ, ਉਹ ਪੜ੍ਹਦਾ ਵੀ ਕਾਚਿਆ ਤੇ ਤੁਸੀਂ ਕਿਤੇ ਧਰਤੀ ਗੁੰਜਾ ਦਿੰਦੇ ਹੋ ਨਾਲ, ਜਿਹੜੀ ਪਾਣੀ ਨਹੀਂ। ਮੈਂ ਕੀ ਕਿਹਾ ਭਲਾ, ਜਿਹੜੀ ਵੇਖਿਆ ਕਿ ਕਿਤਨਾ ਗੂੰਜਦੀਆਂ ਬੀਬੀਆਂ ਦੀਆਂ ਧੁਨਾਂ ਮਗਰੇ
ਇਹ ਬਾਣੀ ਹੈ ਜਿਹੜੀ ਤੁਹਾਡਾ ਚੌਕੀਦਾਰ ਕਹਿ ਰਿਹਾ, ਬਾਣੀ ਹੈ, ਇਹਨੂੰ ਪਕੜਨ ਦੀ ਕੋਸ਼ਿਸ਼ ਕਰੋ। ਮੈਲ ਖੋਈ, ਬੋਲੋ, ਇੱਕ ਪਾਪ ਨਹੀਂ, ਕੋਟ ਅੱਗ ਹਰੇ, ਅੱਗ ਬਣੇ ਪਾਪ, ਕਰੋੜਾਂ ਪਾਪ ਗਲੋਂ ਲੱਥ ਜਾਂਦੇ ਨੇ। ਨਿਰਮਲ ਭੈ ਕੀਤਾ। ਅੱਗੇ ਜਾ ਕੇ ਮੈਂ ਭਾਈ ਸਾਹਿਬ ਦਾ ਸੁਣ ਰਿਹਾ ਸਾਂ ਬਚਨ। ਐਸੀ ਭਗਤ ਗੋਬਿੰਦ ਕੀ, ਬੋਲੋ ਬੋਲੋ, ਐਸੀ ਭਗਤ ਗੋਬਿੰਦ ਕੀ, ਮੇਰੇ ਗੋਬਿੰਦ ਦੀ ਇਹੋ ਜਿਹੀ ਭਗਤੀ ਹੈ। ਕੀਟ ਹਸਤੀ ਜੀਤਾ, ਬੋਲੋ ਬੋਲਾ, ਅਰਥ ਕਰ ਲੋਗੇ? ਨਹੀਂ, ਇੱਕ ਕੀੜੀ ਨੇ ਹਾਥੀ ਨੂੰ ਜਿੱਤ ਲਿਆ। ਜਦੋਂ ਤੁਸੀਂ ਵੇਖਣ ਦੇ ਯੋਗ ਬਣੋਗੇ, ਜਿੱਦਣ ਖੰਡੇ ਬਾਟੇ ਦੀ ਪੌਲ ਮੂੰਹ 'ਚ ਪਾਈ ਹੈ ਨਾ, ਜਿਹੜੇ ਕੀੜੇ ਸਨ ਅਸੀਂ, ਜਿਹੜੀ ਸਾਡੀ ਭਾਸ਼ਾ ਸੀ, ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਨਹੀਂ ਆਉਂਦੀ ਬਾਣੀ ਨਾਲ ਬੋਲਿਆ ਕਰੋ, ਤੁਹਾਨੂੰ ਤਾਂ ਆਉਂਦੀ ਗੁਰੂ ਕੋ, ਇਹਨਾਂ ਨੂੰ ਜਿਹੜਾ ਪੇਰਿਆ ਕਰੋ, ਆਉਂਦੀ ਨਹੀਂ ਬਾਣੀ? ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ, ਹੁਣ ਬੋਲੋ ਮੇਰੇ ਨਾਲ, ਬੋਲ ਪੋ, ਜੋ ਹਮਰੀ ਵਿਦ ਵਿਦ ਮੈਨੇ ਉਹਦੀ ਹਾਲਤ, ਜਿਹੜੀ ਸਾਡੀ ਹਾਲਤ ਸੀ ਨਾ ਮੇਰੇ ਸਤਿਗੁਰੂ ਜੀ, ਸਾ ਵਿਦ ਤੁਮ ਹਰ ਜਾਣੋ ਆਪੇ, ਕੌਣ ਜਾਣਦਾ ਸਾਡੀ ਹਾਲਤ ਨੂੰ? ਆਖੋ ਵਾਹਿਗੁਰੂ। ਹਮ ਰੁਲਤੇ ਫਿਰਤੇ, ਖੁੱਲ ਖੁੱਲ ਕੇ ਬੋਲੋ, ਹਮ ਗੁਰ ਸਤਿਗੁਰ ਸੰਗ, ਇੰਨਾ ਹੀ ਅਜੇ ਬੋਲੋ, ਗੁਰ ਸਤਿਗੁਰ ਸੰਗ, ਕੀਰੇ ਹਮ ਥਾਪੇ, ਕੀਰੇ ਹਮ ਥਾਪੇ, ਕੀਰੇ ਮਨੇ ਕੀੜੇ, ਗੁਰੂ ਦੀ ਸੰਗਤ ਵਿੱਚ ਆਏ ਤਾਂ ਕੀੜਿਆਂ ਨੂੰ ਥਾਪੀ ਦੇਤੀ, ਜਿਹਨੂੰ ਜਿਹਨੂੰ ਵਾਟੇ ਚੋਂ ਪਿਆ ਕੇ ਅੰਮ੍ਰਿਤ ਬਾਹਰ ਕੱਢਿਆ। ਕਮਾਲ ਦੀ ਗੱਲ, ਕੱਲ੍ਹ ਜਿਹੜੀ ਚਿੜੀ ਜਾਪਦੀ ਸੀ ਬਾਜ਼ ਨੂੰ ਵੇਖ ਕੇ, ਐਂ ਹੋ ਜਾਂਦੀ ਸੀ, ਜਿਹੜਾ ਪਹਿਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਤੋਂ ਪਹਿਲੋਂ ਜਿਹੜਾ ਸਿੱਖ ਸੀ, ਜਨਮ ਨੂੰ ਵੇਖ ਕੇ ਚਿੜੀ ਉਹਨੂੰ ਦਇਆ ਰਾਮ ਕੀ ਕਹਿੰਦਾ ਸੀ। ਆਪੋ ਵੇਖੋ, ਹਾਜ਼ਰ ਹੋ, ਮਰਦ ਬਣ ਕੇ ਸੁਣੋ ਮਰਦਾਂ ਦੀਆਂ ਕਹਾਣੀਆਂ ਨੇ। ਦਇਆ ਰਾਮ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਕਿਹਾ ਲੜੇਗਾ, ਤੰਬੂ 'ਚ ਲਿਆ ਕੇ ਜਦੋਂ ਪਹਿਲੇ ਪਾਇਆ ਰੇੜ ਲੁੱਟਿਆ, ਲੜੇਗਾ, ਤਾਂ ਕੀ ਕਿਹਾ ਸੀ ਉਹਨੇ? ਗਰੀਬ ਨਿਵਾਜ, ਕਾਮ ਹਮਾਰਾ ਤੋਲੂ ਤੱਕੜੀ, ਮੈਂ ਖੱਤਰੀਆਂ ਦਾ ਮੁੰਡਾ ਵਾਂ। ਆਖੋ ਵਾਹਿਗੁਰੂ, ਕਿੱਥੋਂ ਆਇਆ ਏ? ਬੋਲੋ ਕਿੱਥੋਂ ਆਇਆ ਸੀ? ਇੱਕ ਨੇ ਦੱਸਿਆ। ਆਪਾਂ ਕੀ ਵਿਸਾਖੀ ਦਾ ਦਿਹਾੜਾ ਮਨਾਵਾਂਗੇ ਗੁਰੂ ਕੇ ਸਿੱਖੋ, ਜੇ ਸਾਡੀ ਕੌਮ ਨੂੰ ਇਹ ਵੀ ਪਤਾ ਨਹੀਂ ਵੀ ਵਿਸਾਖੀ ਵਾਲੇ ਦਿਨ ਕਿਹੜਾ ਕਿੱਥੋਂ ਆਇਆ, ਕਿਹੜਾ ਕਿੱਥੋਂ ਆਇਆ, ਕਿਹਨੇ ਕੀ ਕੀਤਾ, ਕਿਹਨੇ ਕੀ ਬੋਲਿਆ, ਅੱਗੋਂ ਗੁਰੂ ਨੇ ਕੁਐਸਚਨ ਕੀ ਕੀਤੇ, ਸਿੱਖ ਨੇ ਜਵਾਬ ਕੀ ਦਿੱਤੇ, ਗੁਰੂ ਕਿਹਾ ਸਿੱਖਾ ਅਜੇ ਤਾਂ ਫਿਰ ਬਹੁਤ ਪਿੱਛੇ ਬੈਠੇ ਆਪਾਂ। ਵੈਸੇ 350 ਸਾਲਾਂ ਵੀ ਮਨਾ ਲਿਆ, 300 ਸਾਲਾਂ ਵੀ ਮਨਾ ਲਿਆ। ਆਖੋ ਵਾਹਿਗੁਰੂ, ਬੋਲੋ ਨਾ, ਤਾਂ ਜਿੱਦਣ ਤੇਰਾ 300 ਸਾਲਾਂ ਸੀ, ਉੱਥੇ ਰਾਧਾ ਅਨਕੋਟਵਾਲ ਅਤੇ ਆਸ਼ਾ ਅਤੇ ਲਤਾ ਮੰਗੇਸ਼ਕਰ ਅਤੇ ਗੀਤ ਗਵਾਏ ਗਏ ਤੇਰੇ ਕੀਰਤਨ ਦੀ ਜਗ੍ਹਾ 'ਤੇ, ਅਤੇ ਉੱਥੇ ਭਾਸ਼ਾ ਵਰਤੀ ਗਈ ਆਸਾ ਰਾਮ ਵੱਲੋਂ, ਜਿਹੜਾ ਜੇਲ੍ਹ 'ਚ ਸੜ ਰਿਹਾ ਹੁਣ। ਆਖੋ ਵਾਹਿਗੁਰੂ, ਉਹ ਕਹਿੰਦਾ ਸੀ, ਗੁਰੂ ਨਾਨਕ ਸਾਹਿਬ ਨੇ ਵੀ ਕ੍ਰਿਸ਼ਨ ਮਹਾਰਾਜ ਕੀ ਆਰਾਧਨਾ ਕੀ ਹੈ, ਤੇਰੇ ਕਰਕੇ ਕਿ ਤੈਨੂੰ ਪਤਾ ਕੁਛ ਨਹੀਂ,
ਪਿਆਰੇ ਹੋ, ਮੈਂ ਕਿਸੇ ਦੇ ਬਰਖਿਲਾਫ ਨਹੀਂ ਬੋਲ ਰਿਹਾ, ਚਿਹਰਿਆਂ 'ਤੇ ਥੋੜ੍ਹੀ ਰੌਣਕ ਲਿਆਓ ਵੀ ਸਾਡੀ ਇਹ ਕਮਜ਼ੋਰੀ ਹੈ, ਸਾਨੂੰ ਪਤਾ ਹੀ ਕੁਛ ਨਹੀਂ। ਅਤੇ ਜਿਸ ਘਰ ਵਾਲੇ ਸੁੱਤੇ ਹੋਣ ਉਹ ਘਰ ਨੂੰ ਜਿਹੜਾ ਮਰਜ਼ੀ, ਉਹ ਕਹਿੰਦੇ ਜੀ ਦੇਖੋ ਗੁਰਬਾਣੀ ਮੈਂ ਲਿਖਿਆ ਹੈ ਕਹੋ ਨਾਨਕ ਅਬ ਓਟ ਹਾਰ ਗੱਜ ਜਿਉਂ ਹੋ ਸਹਾਏ ਰਾਮ ਨਾਮ। ਜਦੋਂ ਇਹ ਬਚਨ ਪੜ੍ਹਿਆ ਅਖ ਵਾਹਿਗੁਰੂ ਸੰਗ ਸਖਾ ਸਭ ਤਜ ਗਏ ਕਹੋ ਨਾ ਨਿਭਿਓ ਸਾਥ ਕਹੋ ਨਾਨਕ ਇੱਕ ਬਿਬਤ ਮੈਂ ਟੇਕ ਏਕ ਰਘੁਨਾਥ। ਰਘੁਨਾਥ ਕਹਿੰਦਾ ਸੀ ਰਾਮ ਚੰਦਰ ਨੂੰ, ਬਾਬਾ ਜੀ ਵੀ ਮੰਨ ਰਹੇ ਗੁਰੂ ਨਾਨਕ ਸਾਹਿਬ ਕਿ ਮੇਰੇ ਕੋਲ ਤੋਂ ਇੱਕ ਹੀ ਆਸਰਾ ਹੈ ਰਾਮ ਚੰਦਰ ਦਾ, ਤੁਸੀਂ ਸੁੱਤੇ ਸੋ ਅਤੇ ਤੁਹਾਡੀ ਸਟੇਜ 'ਤੇ ਗਾਉਣ ਵਾਲੀਆਂ ਲਿਆਉਂਦੀਆਂ। ਜਿੱਦਣ ਖਾਲਸੇ ਦਾ ਸਾਜਨਾ ਦਿਵਸ ਮਨਾਇਆ ਗਿਆ 300 ਸਾਲਾ, ਸਾਰੀ ਕੌਮ ਇਕੱਠੀ ਹੋਈ, ਸਾਰੀ ਕੌਮ ਦੇ ਸਾਹਮਣੇ ਉਹਨਾਂ ਗਾਉਣ ਵਾਲੀਆਂ ਨੂੰ ਬੁਲਾਇਆ ਅਤੇ ਆਸਾ ਰਾਮ ਵਰਗਿਆਂ ਨੇ ਲੈਕਚਰ ਕਰਵਾਏ। ਸਾਡੀ ਕੌਮ 'ਚੋਂ ਕੋਈ ਵਿਦਵਾਨ ਨਹੀਂ ਸੱਦੇ, ਇੱਥੋਂ ਤੱਕ ਮਸਕੀਨ ਸਾਹਿਬ ਦੀ ਕਥਾ ਨਹੀਂ ਕਰਾਈ, ਜਿਹਦੇ ਸੀ ਉਹਨੂੰ। ਕਿਉਂ ਇਹ ਸਭ ਕੁਛ ਹੋਇਆ? ਕਿਉਂਕਿ ਗੁਰੂ ਕੇ ਸਿੱਖੋ ਸਾਨੂੰ ਪਤਾ ਹੀ ਕੁਛ ਨਹੀਂ। ਪਹਿਲਾ ਪੰਜ ਪਿਆਰਾ ਕਿੱਥੋਂ ਆਇਆ? ਲਾਹੌਰ ਤੋਂ ਆਇਆ। ਗਰੀਬ ਨਵਾਜ ਨੇ ਅੰਦਰ ਸੱਦ ਕੇ ਆਖਿਆ ਲੜੇਗਾ ਵੀ ਜੇ ਮੈਂ ਤੈਨੂੰ ਅੰਮ੍ਰਿਤ ਦੇਵਾਂ ਤੇ ਅੰਮ੍ਰਿਤ ਛਕਣ ਤੋਂ ਬਾਅਦ ਬੋਲੋ ਤੁਸੀਂ ਬੀਬੀ ਭਾਗਵਤ ਦੀਆਂ ਭੈਣਾਂ, ਜੇ ਤੁਸੀਂ ਐਵੇਂ ਨਾ ਆਪਣੇ ਆਪ ਨੂੰ ਧੀਆਂ ਹੀ ਮੰਨੀ ਜਾਓ, ਧੀਆਂ ਹੀ ਤੇ ਗਊਆਂ ਨੂੰ ਤੁਰੀਆਂ ਫਿਰਿਆ ਕਰੋ, ਇਤਰਾਂ ਰਿਹਾ ਕਰੋ, ਇਤਰਾਂ ਮਰਦ ਦੀਆਂ ਧੀਆਂ ਜੇ ਤੁਹਾਡੇ ਬਾਪ ਦੇ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੁੜਿਆ ਹੈ, ਤੁਹਾਨੂੰ ਕੌਰ ਬਣਾਇਆ ਹੈ, ਸ਼ਹਿਜ਼ਾਦੀ ਬਣਾਇਆ ਤੁਹਾਨੂੰ ਗੁਰੂ ਗੋਬਿੰਦ ਸਿੰਘ ਨੇ, ਜੇ ਇਹਨਾਂ ਨੂੰ ਖਾਲਸਾ ਲਿਖਿਆ ਹੈ ਨਾ ਤੇ ਬੀਬੀ ਹਰਜੀਤ ਕੌਰ ਖਾਲਸੀ ਨਹੀਂ ਗੀ? ਅੱਜ ਇਹਨਾਂ ਕੇਸਕੀਆਂ ਵਧੀਆ, ਤੁਸੀਂ ਤੇ ਬੋਲੋ ਕੀ ਤੁਹਾਡੇ ਨਾਮ ਨਾਲ ਖਾਲਸੀ ਲਿਖਿਆ? ਕੀ ਲਿਖਿਆ? ਤੇ ਖਾਲਸਾ ਤੇ ਮਰਦੇ ਆ ਫਿਰ ਤੁਸੀਂ ਅਜੇ ਵੀ ਕਿਉਂ ਆਪਣੇ ਆਪ ਨੂੰ ਬੀਬੀਆਂ ਸੁਣਦੀਆਂ ਜੇ? ਫਿਰ ਤੁਹਾਨੂੰ ਚੂੜੀ ਨਹੀਂ ਦਿੱਤੀ, ਆਹ ਨੋਟ ਕਰਿਓ ਜੀ ਗੁਰੂ ਕੇ ਸਿੱਖੋ, ਤੁਹਾਨੂੰ ਹੱਥ ਵਿੱਚ ਕੀ ਦਿੱਤਾ? ਤੁਹਾਨੂੰ ਕੰਘੀ ਨਹੀਂ ਦਿੱਤੀ, ਤੁਹਾਨੂੰ ਕੰਘਾ ਬਖਸ਼ਿਆ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਲੈ ਧੀਏ ਨਾਰੀ ਕੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਆਹ ਮੈਂ ਤੈਨੂੰ ਨਾਰ ਤੋਂ ਇੱਕ ਪੁਰਖ ਬਣਾ ਕੇ ਰੱਖਤਾ ਹੀ। ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰਚੇਲਾ ਦੀ ਕੋਈ ਕਹਾਣੀ ਛੋਟੀ ਨਹੀਂ, ਮਗਰ ਤੁਸੀਂ ਵਿਚਾਰੀਆਂ ਇੱਥੋਂ ਤੱਕ ਹੀ ਰਹਿ ਗਈਆਂ, ਅਸੀਂ ਤਾਂ ਬੀਬੀਆਂ ਜੀ ਅਸੀਂ ਕੀ ਕਰੀਏ? ਮੇਰੇ ਸਤਿਗੁਰੂ ਗਰੀਬ ਨਵਾਜ ਨੇ ਇੱਕ ਕੁਐਸਚਨ ਪੁੱਛਿਆ ਲੜੇਗਾ, ਤੇ ਅੱਗੋਂ ਦਇਆ ਰਾਮ ਨੇ ਆਖਿਆ ਕਾਮ ਹਮਾਰਾ ਤੋਲੂ ਤੱਕੜੀ ਨੰਗੀ ਕਰਦ ਕਦੇ ਨੀ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊ ਦੁਸ਼ਮਣ ਸੇ ਕੈਸੇ ਲੜਕੋ। ਮਾਰਗ ਅਚਾਨਕ ਘਰ ਦੇ ਵਿੱਚ ਤੁਰਿਆ ਮੈਂ ਜਾਂਦਾ ਹੋਵਾਂ, ਕਿਤੇ ਰਸਤੇ ਵਿੱਚ ਤੁਰਿਆ ਜਾਂਦਾ ਕੋਈ ਚਿੜੀ ਉੱਡ ਕੇ ਮੇਰੀ ਜਾਨ ਨਿਕਲ ਜਾਂਦੀ, ਮੈਂ ਦੁਸ਼ਮਣ ਨਾਲ ਕਿਤਰਾ ਲੜੂ? ਮਹਾਰਾਜ ਅੱਗੇ ਐਡੇ ਐਡੇ ਭਗਿਆੜਾਂ ਵਰਗੇ ਪਠਾਨ, ਮਹਾਰਾਜ ਅੱਗੇ ਐਡੇ ਐਡੇ ਸੂਰਮੇ, ਐਡੇ ਐਡੇ ਦੁੰਬੇ ਖਾਣ ਵਾਲੇ, ਮੈਂ ਕਿਤਰਾ ਲੜ ਸਕਦਾ? ਗਰੀਬ ਨਵਾਜ ਪਾਤਸ਼ਾਹ ਨੇ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਕੀਤਾ, ਮਾਰਤੇ ਚੁੜੇ ਪੰਜ ਮੂੰਹ ਚ ਪਾਤੇ ਤੇ ਪੰਜ ਨੇਤਰਾਂ ਚ ਪਾਤੇ ਤੇ ਪੰਜ ਸਿਰ ਵਿੱਚ ਪਾਤੇ ਅੱਖੋ ਹੇ ਗੁਰੂ, ਤੇ ਇੱਕ ਇੱਕ ਚੁੜੇ ਦੇ ਨਾਲ ਆਖਿਆ ਬੋਲ ਬਣ ਕੇ ਬੋਲੋ, ਪਿੱਛੇ ਜਾ ਬਹਿਣਾ ਇੰਨਾ ਸੋਹਣਾ ਦਮਾਲੇ ਵਾਲਾ ਗੁਰੂ ਕਾ ਸਿੱਖ, ਉੱਚੀ ਬੋਲਿਆ ਕਰੋ ਬੋਲ ਮੁਰਦਿਆਂ ਚ
ਵਿੱਚ ਜਾਨ ਪਾਤੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਸੀ ਭਗਤ ਗੋਬਿੰਦ ਕੀ ਬੋਲੋ ਭਲਾ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕੀਟ ਹਸਤੀ ਜੀਤਾ ਇਹੋ ਜਿਹੇ ਛੱਟੇ ਮਾਰ ਕੇ ਸ਼ਕਤੀ ਪਾਤੀ ਜਿਹੜੀ ਕੱਲ੍ਹ ਤੱਕ ਚਿੜੀ ਲੱਗਦੀ ਸੀ ਨਾ ਉਹਨੇ ਬਾਜਵਾ ਲੱਖਾਂ ਚੁੱਕੀਆਂ ਆਪਣਾ ਇਤਿਹਾਸ ਵੇਖੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਰੋ ਅਖਵੇ ਗੁਰੂ ਵਾਹਿਗੁਰੂ ਕੱਜ ਕੇ ਬੋਲੋ ਵਾਹਿਗੁਰੂ ਉਹਨੇ ਕਿਹਦੇ ਵੱਲ ਅੱਖਾਂ ਚੁੱਕੀਆਂ ਧੀਓ ਦੱਸੋ ਬਾਜਵਾ ਅੱਖਾਂ ਚੁੱਕੀਆਂ ਤੇ ਜਦੋਂ ਕਿਸੇ ਦੀਆਂ ਅੱਖਾਂ ਚੱਖਾਂ ਪਾਈਏ ਨਾ ਧਿਆਨ ਦਿਓ ਉਦੋਂ ਅਗਲੇ ਨੂੰ ਪਤਾ ਲੱਗ ਜਾਂਦਾ ਕਿੰਨੀ ਕੁ ਪਾਵਰ ਦਾ ਮਾਲਕ ਆ ਅੱਖਾਂ ਦੱਸਦੀਆਂ ਜੇ ਹੱਥ ਨਹੀਂ ਜੇ ਦੱਸਦੇ ਚਿੜੀ ਨੇ ਬਾਜਦੀਆਂ ਅੱਖਾਂ 'ਚ ਅੱਖਾਂ ਪਾਈਆਂ ਤੇ ਬਾਜ ਨੂੰ ਪਤਾ ਲੱਗ ਗਿਆ ਵੀ ਇਹ ਚਿੜੀ ਅੱਜ ਮੈਨੂੰ ਟਾਲੂਗੀ ਸੱਚੀ ਮੁੱਚੀ ਚਿੜੀਆਂ ਨੇ ਬਾਜ ਤੋੜੇ ਕਿ ਨਹੀਂ ਬੋਲੋ ਜੀ ਗੁਰੂ ਕੇ ਸਿੱਖੋ ਇਸ਼ਾਰਾ ਇਹ ਨਹੀਂ ਸੀ ਵੀ ਆਹ ਜਿਹੜੀ ਚਿੜੀ ਵਿਚਾਰੀ ਇਹਨੇ ਬਾਜ ਨੂੰ ਟਾਇਆ ਇਸ਼ਾਰਾ ਇਹ ਸੀ ਜਿਹੜਾ ਕੰਧ ਦਾ ਵਿਚਾਰਾ ਡਰਪੋਕ ਸਿੱਖ ਸੀ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਨੇ ਉਹਨੂੰ ਅੰਮ੍ਰਿਤ ਛਕਾ ਕੇ ਬੱਬਰ ਸ਼ੇਰ ਬਣਾ ਦਿੱਤਾ ਕੱਲ੍ਹ ਜਿਹੜਾ ਬਘਿਆੜ ਚੜ੍ਹ ਕੇ ਅਖਵੇ ਗੁਰੂ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਭੈਣੋ ਫਖਰ ਕਰੋ ਇੱਕ ਵਾਰ ਕਹੋ ਸਾਡਾ ਭਰਾ ਵਾ ਜੱਸਾ ਸਿੰਘ ਬੋਲੋ ਉੱਚੀ ਬੋਲੋ ਜੱਸਾ ਸਿੰਘ ਆਲੂ ਵਾਲੀ ਆ ਸਾਡਾ ਜੱਸਾ ਸਿੰਘ ਰਾਮਗੜੀ ਆ ਸਾਡਾ ਅਸੀਂ ਨਵਾਬ ਕਪੂਰ ਸਿੰਘ ਦੀਆਂ ਭੈਣਾਂ ਵਾਂ ਜਿਹੜਾ ਬਘਿਆੜ ਵਾਂਗੂ ਚੜ੍ਹ ਕੇ ਆਉਂਦਾ ਸੀ ਅਤੇ ਭੇਡਾਂ ਵਾਂਗੂ ਅੱਗੇ ਲੋਕ ਹਿੰਦੁਸਤਾਨ ਦੇ ਲੱਗ ਜਾਂਦੇ ਸੀ ਅੱਜ ਉਹ ਵਿਚਾਰਾ ਲੰਘਿਆ ਅਤੇ ਸਹੀ ਅਟਕਟਕ ਦਰਿਆ ਮਗਰ ਅੱਗੇ ਖਲੋਤਾ ਸੀ ਜੱਸਾ ਸਿੰਘ ਆਲੂ ਵਾਲੀ ਆ ਮਨ ਵਿੱਚ ਸੋਚਦਾ ਇਹਨਾਂ ਨੇ ਕੀ ਪੀ ਲਿਆ ਜਿਨ੍ਹਾਂ ਨੂੰ ਮੈਂ ਭੇਡਾਂ ਵਾਂਗੂ ਭਜਾਈ ਫਿਰਦਾ ਸਾਂ ਕਮਾਲ ਦੀ ਗੱਲ ਮੈਂ ਸਾਰਾ ਹਿੰਦੁਸਤਾਨ ਲੁੱਟ ਕੇ ਮੁੜਦਾ ਹਾਂ ਸੁਣ ਰਹੇ ਹੋ ਨਾ ਆਪਣਾ ਇਤਿਹਾਸ ਮੈਂ ਸਾਰਾ ਹਿੰਦੁਸਤਾਨ ਲੁੱਟ ਕੇ ਜਦੋਂ ਮੁੜਦਾ ਵਾਂ ਅਫਗਾਨ ਨੂੰ ਕਾਬਲ ਨੂੰ ਫਿਰ ਦੁਬਾਰਾ ਮੁੜਦਾ ਵਾਂ ਅਤੇ ਵਜ਼ੀਰ ਨੂੰ ਕਹਿੰਦਾ ਸੀ ਨੂਰ ਖਾਨ ਨੂੰ ਨੂਰਦੀਨ ਨੂੰ ਇਹ ਕਿਹੜੀ ਕੌਮ ਆ ਜਿਹੜੀ ਮੈਨੂੰ ਲੁੱਟ ਲੈਂਦੀ ਮੈਂ ਮਰੱਟੇ ਲੁੱਟੇ ਮੈਂ ਰਾਜਪੂਤ ਲੁੱਟੇ ਮੈਂ ਬੜੇ ਬੜੇ ਭਲਵਾਨਾਂ ਨੂੰ ਬੜੇ ਬੜੇ ਸੂਰਮਿਆਂ ਨੂੰ ਲੁੱਟ ਕੇ ਲਿਆਇਆ ਇਹ ਕਿਹੜੀ ਕੌਮ ਹੈ ਜਿਹੜੀ ਮੈਨੂੰ ਲੁੱਟਦੀ ਅਤੇ ਨੂਰਦੀਨ ਕਹਿੰਦਾ ਸੀ ਇਹ ਗੁਰੂ ਕਾ ਖਾਲਸਾ ਹੈ 300 ਸਾਲਾਂ 'ਚ ਇੰਨੀ ਜਰਜਰੀ ਲੱਗ ਗਈ ਸਿੱਖ ਨੇਤਨੇਮ ਵੀ ਨਹੀਂ ਕਰ ਸਕਦਾ ਇਹਨਾਂ ਲੜਨਾ ਤਾਂ ਕੀ ਆ ਕੱਲ੍ਹ ਅੰਮ੍ਰਿਤਸਰ ਸਾਹਿਬ ਦੀ ਇੱਕ ਵੀਡੀਓ ਵੇਖੀ ਇੱਕ ਸਿੱਖ ਨੂੰ ਕਿਤਨਾ ਗੁੰਡੇ ਪੁੱਟਰੇ ਵੇਖਿਆ ਜੇ ਤੁਸੀਂ ਕਿਸੇ ਨੇ ਆਖੋ ਵੇਖ ਲਓ ਕਿਤਨਾ ਉਹਦੇ ਕੇਸ ਖੋਣ ਡਏ ਨੇ ਕਿਤਨਾ ਉਹਦੀ ਕਿਰਪਾਨ ਤੋੜਤੀ ਹੈ ਭਾਈ ਜੀ ਅਜੇ ਤਾਂ ਟਰੇਲਰ ਵਿਖਾਏ ਜਾ ਰਹੇ ਨੇ ਜੇ ਤੁਸੀਂ ਬਾਣੀ ਤੋਂ ਟੁੱਟੇ ਰਹੇ ਜੇ ਤੁਸੀਂ ਰਹਿਤ ਮਰਿਆਦਾ 'ਚ ਪੱਕੇ ਨਾ ਰਹੇ ਅਤੇ ਇਹਦੇ ਟਰੇਲਰ ਇੱਕ ਟਰੇਲਰ ਜਾਂ ਟਰੇਲਰ ਸਾਡੇ ਨਾਲ ਬਹੁਤ ਕੁਝ ਹੋਣਾ ਹੈ ਤੁਹਾਡੇ ਕੋਲ ਇੱਕੋ ਹੀ ਸ਼ਕਤੀ ਲੈਣ ਵਾਲੀ ਚੀਜ਼ ਆ ਅੰਮ੍ਰਿਤ ਵੇਲੇ ਉੱਠੋ ਕੀ ਕਿਹਾ ਜੀ ਇਸ਼ਨਾਨ ਕਰੋ ਰੱਬ ਦਾ ਨਾਮ ਜਪੋ ਨਾਮ ਦੀ ਪਾਵਰ ਐਡੀ ਵੇਖੋ ਕੀ ਕਹਿੰਦੇ ਐਸੀ ਭਗਤ ਗੋਬਿੰਦ ਕੀ ਬੋਲੋ ਹਾਂ ਐਸੀ ਭਗਤ ਗੋਬਿੰਦ ਕੀ ਕਿ ਪੱਥਰ ਦੀ ਮੁੰਦਰੀ ਜਿਹੜੀ ਸਾਡਾ ਪ੍ਰਧਾਨ ਭਾਈ ਫਿਰਦਾ ਜਿਹਨੂੰ ਆਪਾਂ ਪ੍ਰਧਾਨ ਅਕਾਲੀ ਦਲ ਦਾ ਬਣਾਇਆ ਲੋਕਾਂ 'ਚ ਬੜੇ ਬੇਸ਼ਰਮ ਲੋਕ ਅਜੇ ਵੀ ਮੰਨੀ ਜਾਂਦੇ ਐਡੀ ਪੱਥਰ ਦੀ ਮੁੰਦਰੀ ਇੱਥੇ ਪਿਓ ਨੇ ਵੀ ਪਾਈ ਆ ਪੁੱਤ ਨੇ ਵੀ ਪਾਈ ਹੈ ਗੋਬਿੰਦ ਦੇ ਭਗਤ ਦੀ ਤਾਂ ਕੀ ਸ਼ਕਤੀ ਆ ਐਸੀ ਮੁੰਦਰੀ ਕੇ ਭਗਤੀ ਉੱਚੀ ਬੋਲੋ ਸਾਰੇ ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜੀਤਾ ਕੀੜੇ ਨੇ ਵੀ ਹਾਥੀਆਂ ਨੂੰ ਢਾ ਲਿਆ ਜਦੋਂ ਕੀਤੀ ਵਾਹਿਗੁਰੂ 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 ਵਾਹਿਗੁਰੂ
ਅੱਗੇ ਵੀ ਇੰਨਾ ਕਰੰਟ ਭਰਦਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਵਾਹਿਗੁਰੂ 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 ਬੇਦੀਆਂ ਇੱਕ ਇਲਾਕਾ ਹੈ ਅਨੰਦਪੁਰ ਸਾਹਿਬ ਦੇ ਕੋਲ, ਸੁਣਿਆ ਗਏ ਹੋ, ਗਏ ਨਹੀਂ ਤੇ ਇੱਥੋਂ ਦੇ ਲਾਗੇ ਪਿੰਡ ਦੀ ਰਹਿਣ ਵਾਲੀ ਇੱਕ ਬੱਚੀ, ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਅੰਮ੍ਰਿਤ ਪੀ ਲਿਆ, ਅੰਮ੍ਰਿਤ ਛਕ ਲਿਆ। ਇੱਕ ਦਿਨ ਪਤਾ ਲੱਗਾ ਵੀ ਇੱਥੇ ਜੰਗਲ ਵਿੱਚ ਸਿੰਘਾਂ ਨੇ ਕੈਂਪ ਲਾਇਆ। ਆਖੋ ਵੇਖ ਮਨ ਵਿੱਚ ਆਈ, ਕਿਉਂ ਨਾ ਮੈਂ ਆਪਣੇ ਭਰਾਵਾਂ ਨੂੰ ਲੰਗਰ ਛਕਾ ਕੇ ਆਵਾਂ। ਸੁਣ ਰਿਹਾ ਪੁੱਤ, ਭਰਾਵਾਂ ਨੂੰ ਲੰਗਰ ਛਕਾ ਕੇ ਆਵਾਂ। ਕੈਂਪ ਤੱਕ ਪਹੁੰਚੀ ਨਹੀਂ ਸੀ ਤੇ ਪੰਜ ਪਠਾਨ ਘੋੜਿਆਂ ਤੇ ਚੜੇ ਜਾ ਰਹੇ। ਨੌਜਵਾਨ ਬੱਚੀ ਸੀ, ਵੇਖ ਕੇ ਬੇਈਮਾਨ ਹੋ ਗਏ। ਗਲ 'ਚ ਕਿਰਪਾਨ ਪਾਈ ਆ, ਕਮਰ ਕੱਸਾ ਕੀਤਾ ਹੈ, ਤੇਗਾ ਗਲ 'ਚ ਪਾਇਆ, ਹੱਥ ਵਿੱਚ ਬਰਛਾ ਬੀਬੀ ਦੇ। ਸਾਡੇ ਅੱਜ ਸਮਾਜ ਨੂੰ ਸੋਨਾ ਭਾਵੇਂ 2.5 ਕਿਲੋ ਪਵਾ ਦਿਓ, ਮੈਂ ਕੀ ਕਿਹਾ ਭਲਾ, ਮਗਰ ਕਿਰਪਾਨ ਇਹਨਾਂ ਨੂੰ ਭਾਰੀ ਲੱਗਦੀ। ਹੁਣ ਬੀਬੀਆਂ ਨੂੰ ਵੀ ਅਤੇ ਬੰਦਿਆਂ ਨੂੰ ਵੀ ਲੱਗਦੀ ਕਿ ਨਹੀਂ, ਬੋਲੋ ਨਾ। ਗਲ ਵਿੱਚ ਸਰੀਸਾ ਪਾਇਆ ਅਤੇ ਹੱਥ 'ਚ ਪਰਛਾ ਫੜਿਆ ਅਤੇ ਘੋੜੇ 'ਤੇ ਚੜ੍ਹ ਕੇ ਰੋਟੀ ਲੈਣ ਜਾਣ ਰਹੀ ਸੀ, ਲੈ ਕੇ ਜਾ ਰਹੀ ਸੀ। ਅੱਗੋਂ ਪਠਾਣਾ ਨੇ ਆਖਿਆ ਵੀ ਸਾਡੇ ਨਾਲ ਨਿਕਾਹ ਕਰਾ ਲਿਆ। ਕਹਿੰਦੀ ਮੈਂ ਆਪਣੇ ਭਰਾਵਾਂ ਦੀਆਂ ਪ੍ਰਸ਼ਾਦਾ ਲੈ ਕੇ ਜਾ ਰਹੀ, ਅੱਖ ਵੇਗਰੂ ਮੇਰਾ ਰਸਤਾ ਛੱਡ ਦਿਓ। ਘੇਰਾ ਪਾ ਕੇ ਇੱਕ ਅੱਗੇ ਹੋਇਆ, ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੋ, ਬੀਬੀ ਦੀਪ ਕੌਰ ਨੇ 3 ਝਟਕਾ ਤੇ ਪਠਾਨ ਹੈ ਤੇ ਤੁਹਾਡੀ ਭੈਣ ਸੀ, ਉਹ ਅੰਮ੍ਰਿਤ ਤੁਸੀਂ ਪੀਤਾ, ਉਹ ਕੋਈ ਅੰਮ੍ਰਿਤ ਵੱਖਰਾ ਨਹੀਂ ਸੀ, ਉਹ ਅੰਮ੍ਰਿਤ ਇਹੋ ਸੀ ਜਿਹੜਾ ਤੁਸੀਂ ਪੀਤਾ ਹੈ, ਮੈਂ ਪੀਤਾ ਹੈ। ਆਖੋ ਵਾਹਿਗੁਰੂ 3 ਝਟਕਾ ਤੇ ਉਹਨੇ ਤੈਨੂੰ ਸਿੰਘ ਆ ਗਏ, 2 ਬੰਨ ਲੈ। ਕੀ ਕਿਹਾ ਮੈਂ ਭਲਾ, ਚਲੋ ਬੋਲ ਹੀ ਦੋ, ਕੋਈ ਗੱਲ ਨਹੀਂ, ਝਟਕਾਉਣਾ ਤੇ ਹੁਣ ਅਸੀਂ ਕੀ, ਅਸੀਂ ਮੁਰਗੇ ਨੂੰ ਝਟਕਾਉਣ ਨੂੰ ਤਗੜੇ ਹੋ ਗਏ। ਸਾਡੀ ਜੀਵਾ ਸਵਾਦਾਂ ਵਿੱਚ ਵੱਟ ਗਈ, ਬੱਕਰੇ ਵੱਢਣ ਲੱਗ ਪਈ ਵਿਚਾਰੀ। ਇੱਕ ਬੱਕਰਾ ਵਾ ਜਿਹੜਾ ਜਾਨਵਰ ਸਭ ਤੋਂ ਡਰਾਕਲ ਜਾਨਵਰ ਆ, ਉਹਨੂੰ ਤੇਲ ਮਾਰ ਕੇ ਤੇ ਅਸੀਂ ਵੱਢ ਦਿੰਦੇ, ਅਸੀਂ ਐਡੇ ਐਡੇ ਰਾਕਸ਼ਸ ਬੈਠੇ, ਉਹਨਾਂ ਵੱਲ ਸਾਡਾ ਮੂੰਹ ਨਹੀਂ ਹੁੰਦਾ। ਆਖੋ ਵਾਹਿਗੁਰੂ ਕਿੰਨੇ ਝਟਕਾ ਤੇ, ਤੇ 2 ਬੰਨ ਲੈ ਸਿੱਖਾਂ ਨੇ, ਅਨੰਦਪੁਰ ਸਾਹਿਬ ਲਿਆਏ। ਆਖੋ ਵਾਹਿਗੁਰੂ ਅਨੰਦਪੁਰ ਸਾਹਿਬ ਲਿਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੇਸ਼ ਕੀਤਾ। ਮਹਾਰਾਜ ਇਹ ਬੀਬੀ ਦੀਪ ਕੌਰ ਪ੍ਰਸ਼ਾਦਾ ਲੈ ਕੇ ਆਉਂਦੀ ਸੀ, ਆਹ ਪਾਪੀ ਬੰਦੇ 3 ਨੇ ਘੇਰ ਕੇ ਇਹਨੂੰ ਕਹਿੰਦੇ ਸੀ ਸਾਡੇ ਨਾਲ ਨਿਕਾਹ ਕਰਾ। ਬੀਬੀ ਜੀ ਨੇ 3 ਝਟਕਾ ਤੇ, ਦੋਵਾਂ ਨੂੰ ਅਸੀਂ ਬੰਨ ਲਿਆਂਦਾ, ਦੱਸੋ ਹੁਣ ਇਹਨਾਂ ਨੂੰ ਕੀ ਸਜ਼ਾ ਦੇਈਏ। ਆਖੋ ਅੱਜ ਕੇ ਬੋਲੋ ਨਾ, ਕੀ ਬਚਨ ਕਰ ਰਿਹਾ, ਤੈਨੂੰ ਭੁੱਲ ਤਾਂ ਨਹੀਂ ਗਿਆ ਜੀਰੇ ਵਾਲੇ ਨੂੰ, ਐਸੀ ਭਗਤ ਕੀਟ ਇੱਥੇ ਲਿਆ ਰਿਹਾ ਮੈਂ ਵਾਰ ਵਾਰ, ਵੀ ਤੁਸੀਂ ਕਿਤੇ ਉਹਦੀ ਭਗਤੀ ਕਰਕੇ ਤੇ ਵੇਖੋ, ਵੇਖੋ ਤਾਰਾਂ ਜੁੜਦੀਆਂ, ਕਰੰਟ ਨਿਕਲਦਾ ਕਿ ਨਹੀਂ ਜਦੋਂ 2 ਤਾਰਾਂ ਜੁੜਦੀਆਂ, ਬੋਲੋ ਜੀ ਗੁਰੂ ਕਿਸੇ, ਠਾ ਠਾ ਪਟਾਕੇ ਪੀਂਦੇ ਕਿ ਨਹੀਂ, ਤਾਰ ਜੁੜ ਕੇ ਤੇ ਵੇਖੋ, ਸ਼ਬਦ ਗੁਰੂ ਦੇ ਨਾਲ ਸੁਖਤ ਦੀ ਤਾਰ ਜੋੜ ਕੇ ਤੇ ਵੇਖੋ, ਵੇਖੋ ਪਟਾਕੇ ਪੀਂਦੇ। ਆਖੋ ਵਾਹਿਗੁਰੂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿਣ ਲੱਗੇ, ਇਹ ਦੋਸ਼ੀ ਨੇ ਬੀਬੀ ਦੀਪ ਕੌਰ ਦੇ, ਧੀਏ ਸਕ ਪਕੜ ਰਹੇ ਹੋ, ਧੀਏ ਨਾ ਕੀ ਸਜ਼ਾ ਦੇਈਏ, ਇਹ ਪਾਪੀਆਂ ਨੇ ਤੇਰੇ ਵੱਲ ਅੱਖ ਚੁੱਕੀ। ਬੈਠੇ ਤਾਂ ਝੋਂਕੜਾ ਮਾਰ,
ਤੇ ਬੀਬੀ ਨੇ ਆਖਿਆ, ਪਿਤਾ ਜੀ ਆਹ ਸੁਣੋ, ਵੇਖੋ ਮਹਾਨਤਾ ਕਿੱਡੀ। ਪਿਤਾ ਜੀ ਇਹ ਰੋਟੀ ਖਾਂਦੇ ਨੇ, ਪਿਤਾ ਜੀ ਇਹ ਪ੍ਰਸ਼ਾਦਾ ਛਕਦੇ ਨੇ, ਇਹਨਾਂ ਦੇ ਅੰਦਰ ਪਾਣੀ ਦੁੱਧ ਜਾਂਦਾ ਹੈ, ਵਕਾਰ ਬੰਦੇ ਦੇ ਅੰਦਰ ਪੈ ਰਹੇ ਨੇ, ਇੱਕ ਸੁਭਾਵਿਕ ਗੱਲ ਆ। ਇਹ ਮੇਰੇ ਵੀਰ ਨੇ ਬਖਸ਼ ਦਿਓ। ਇਹ ਭਗਤੀ ਨੇ ਪਵਿੱਤਰਤਾ ਵੀ ਦਿੱਤੀ ਸੀ, ਜਿੱਥੇ ਵੀਰ ਰਸ ਦਿੱਤਾ ਸੀ ਉੱਥੇ ਭਗਤੀ ਨੇ। ਗੁਰੂ ਕੇ ਸਿੱਖੋ ਮਹਿਮਾ ਸਾਧੂ, ਸੁਣੋ ਮੇਰੇ, ਮਹਿਲ ਖੋਈ ਨਿਰਮਲ ਭੈ, ਦੋ ਮਿੰਟ ਲਈ ਹੋਰ ਕਰ ਲਓ ਫਿਰ, ਅਤੇ ਪੱਕਾ ਵਿਸ਼ਵਾਸ ਬਣਾਓ ਵੀ ਰੋਜ਼ ਸੰਗਤ ਵਿੱਚ ਬਹਿ ਜਾਓਗੇ। ਪਰਮਜੀਤ ਸਿੰਘ ਕਹਿ ਰਿਹਾ ਹੈ, ਮਗਰ ਇੰਨੀ ਗਰੰਟੀ ਦੇ ਸਕਦਾ ਮੈਂ, ਗੁਰੂ ਦੀ ਹਜ਼ੂਰੀ 'ਚ ਮੇਰਾ ਸਿਰ ਕੱਟ ਦਿਓ ਜੇ ਤੁਹਾਡਾ ਨਿਰਮਲ ਚੇਤਨਾ ਹੋਵੇ। ਤੇ ਇੰਨਾ ਕੁ ਭਰੋਸਾ ਹੈ ਗੁਰੂ ਦੇ ਉੱਤੇ, ਰੋਜ਼ ਆਓ ਸੰਗਤ ਵਿੱਚ। ਇਹ ਨਹੀਂ ਮੈਂ ਆਇਆ ਜਾਂ ਕੋਈ ਆਇਆ ਤਾਂ ਫਿਰ ਹੀ ਆਓ, ਰੋਜ਼ ਦਾ ਇੱਕ ਨੇਮ ਬਣਾ ਲਓ, ਅਸੀਂ ਇੱਕ ਘੰਟਾ ਗੁਰੂ ਦੀ ਸੰਗਤ ਵਿੱਚ ਜਾ ਕੇ ਬਹਿਣਾ ਹੈ ਅਤੇ ਜਪਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਰੋ ਕਰੋ ਕਰੋ, ਪਵਿੱਤਰ ਹੋ ਗਿਆ ਜਦੋਂ ਗੁਰੂ ਜੀ ਕਹਿ ਰਹੇ। ਵਾਹਿਗੁਰੂ 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 ਹੁਣ ਕੱਲ੍ਹ ਵਾਲੇ ਸ਼ਬਦ ਆ ਆਪਾਂ ਸੰਪੂਰਨਤਾ ਕਰੀਏ। ਕੱਲ੍ਹ ਕਿਹੜੇ ਕਿਹੜੇ ਆਏ ਸੋ ਭਲਾ ਹਾਜ਼ਰ ਸੋ? ਜਦੋਂ ਆਪਾਂ ਸ਼ਬਦ ਪੜ੍ਹਿਆ ਬਾਬਾ ਕੀ ਕਿਹਾ ਸੀ ਵੀ ਕਿਹਦੇ ਰਿਲੇਟਡ ਨਹੀਂ ਹੈ? ਸ਼ਾਬਾਸ਼, ਕਿਹਦੇ ਰਿਲੇਟਡ ਆ? ਅੰਦਰਲੀ ਅਵਸਥਾ ਦੇ। ਇੱਕ ਵਾਰ ਬੋਲੋ, ਇਹ ਸ਼ਬਦ ਕਿਸੇ ਖਾਸ ਪਰਸਨ ਦੇ ਰਿਲੇਟਡ ਨਹੀਂ, ਇਹ ਅੰਦਰਲੀ ਅਵਸਥਾ ਦੇ ਵਚਨ ਨੇ। ਮਸਕੀਨ ਸਾਹਿਬ ਮੇਰੇ ਸਤਿਕਾਰਯੋਗ ਨੇ ਕੱਲ੍ਹ ਵੀ ਕਿਹਾ ਸੀ, ਅੱਜ ਵੀ ਕਹਿੰਦਾ, ਉਹਦੇ ਵਰਗਾ ਵਿਦਵਾਨ ਸਾਡੇ ਕੋਲ ਇਸ ਵੇਲੇ ਵੀ ਅਤੇ ਅੱਗੇ ਗੁਰੂ ਪੈਦਾ ਕਰਦੇ ਕੋਈ ਪਤਾ ਨਹੀਂ ਕਿਹਦੇ ਸਿਰ 'ਤੇ ਹੱਥ ਰੱਖਦੇ, ਮਗਰ ਵਿਦਵਾਨ ਉਹਦੇ ਜਿੱਡਾ ਸਾਡੇ ਕੋਲ ਕੋਈ ਨਹੀਂ। ਆਖੋ ਵਾਹਿਗੁਰੂ, ਮਗਰ ਉਹਨਾਂ ਦੇ ਰਿਲੇਟਡ ਹੀ ਸ਼ਬਦ ਨੇ। ਬਾਬਾ ਬੋਲਦੇ ਤੇ ਉਹ ਜਿਹੜਾ ਅੰਦਰ ਸ਼ੋਰ ਸੀ ਕਹਾਂ ਗਏ? ਉਹ ਬੋਲ ਜਿਹੜੇ ਅੰਦਰ ਆਪੇ ਚੱਲਦੇ ਰਹਿੰਦੇ ਸੀ, ਜਦੋਂ ਭੋਗ ਪੈ ਗਿਆ ਸਾਰਿਆਂ ਦਾ ਅੰਦਰ ਸੁੰਨ ਹੋ ਗਿਆ, ਆਖੋ ਵਾਹਿਗੁਰੂ। ਅਤੇ ਉੱਥੇ ਬੈਠੇ ਬਾਬਾ ਕਬੀਰ ਜੀ ਕਹਿੰਦੇ, ਉਹ ਜਿਹੜਾ ਰਾਤ ਅੰਦਰ ਬਾਹਰ ਸ਼ੋਰ ਪੈਂਦਾ ਰਹਿੰਦਾ ਸੀ, ਚੁੱਪ ਵੀ ਕਰਕੇ ਗੁਰਦੁਆਰੇ ਬੈਠਾ ਤਾਂ ਵੀ ਅੰਦਰ ਸ਼ੋਰ ਪੈਂਦਾ ਰਹਿੰਦਾ ਸੀ, ਉਹ ਕਿੱਥੇ ਚਲੇ ਗਿਆ? ਜਿਹੜੇ ਬੋਲ 24 ਘੰਟੇ ਦੇਹੀ ਕੇ ਸੰਗ ਰਹਿੰਦੇ। ਉੱਤੇ ਬੁੱਕ ਵੇਖੋ ਅਤੇ ਪੜ੍ਹੋ, ਦੇਹੀ ਕੇ ਸੰਗ ਰਹਿੰਦੇ। ਗੁਰੂ ਰਹਿਮਤਾ ਕਰੇ ਮੇਰੀ ਕੌਮ ਦੇ ਇੱਕ ਇੱਕ ਬੱਚੇ ਨੂੰ ਇਹਨਾਂ ਸ਼ਬਦਾਂ ਦਾ ਪਤਾ ਲੱਗੇ। ਮੇਰਾ ਤਰਲਾ ਹੈ ਗੁਰੂ ਗ੍ਰੰਥ ਸਾਹਿਬ ਜੀ, ਤੁਸੀਂ ਹਾਜ਼ਰ ਨਾਜ਼ਰ ਪੂਰਨ ਸਤਿਗੁਰੂ ਜੀ ਬੈਠੇ ਜੇ, ਐਸੀ ਕਲਾ ਚਲਾ ਦਿਓ ਇੱਕ ਆ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਇੱਧਰ ਮੇਰੀਆਂ ਧੀਆਂ ਤੋਂ ਲੈ ਕੇ ਬਜ਼ੁਰਗ ਮਾਤਾਵਾਂ ਤੱਕ, ਇੱਕ ਇੱਕ ਜੀਵ ਨੂੰ ਤੇਰੀ ਗੁਰਬਾਣੀ ਦਾ ਪਤਾ ਲੱਗੇ, ਬਸ ਇੰਨੀ ਕਿਰਪਾ ਹੋ ਜਾਏ। ਆਖੋ ਵਾਹਿਗੁਰੂ। ਅੱਗੇ ਬੜੇ ਪਿਆਰੇ ਸ਼ਬਦ ਨੇ, ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਵਾਰਤਾ ਕਰਤੇ। ਜਿਹੜਾ ਸੁਰਤ ਵਿੱਚ ਰੌਲਾ ਸੀ, ਨਿਰਤ ਸੀ, ਨਾਚ ਹੁੰਦਾ ਰਹਿੰਦਾ ਸੀ 24 ਘੰਟੇ, ਬੈਠੀ ਬੈਠੀ ਕਦੀ ਇੱਧਰ ਭੱਜ ਗਈ ਕਦੀ ਇੱਧਰ ਭੱਜ ਗਈ, ਆਖੋ ਵਾਹਿਗੁਰੂ। ਉਹ ਹੁਣ ਕਿੱਥੇ ਚਲੇ ਗਈ ਸਾਰੀ ਕਹਾਣੀ? ਅੰਦਰ ਭੋਗ ਪੈ ਗਿਆ, ਅੰਦਰ ਕਾਹਦਾ ਭਲਾ ਵਿਚਾਰਾਂ ਦਾ। ਸ਼ਾਬਾਸ਼ ਸ਼ਾਬਾਸ਼, ਜਿੰਦਾ ਰਹੋ।
ਅੱਗੇ ਸ਼ਬਦ ਸੀ ਵੀ ਬਜਾਵਣ ਹਾਰੋ ਕਾਂ ਗਿਓ। ਕੱਲ ਇੱਕ ਕਿਹਾ ਸੀ ਇੱਕ ਮੰਦਰ ਸੀ ਜਿਹਦੇ 'ਚ ਕੋਈ ਟਲ ਵਜਾਉਂਦਾ ਸੀ, ਸ਼ਾਬਾਸ਼, ਜਿਹਦੇ 'ਚ ਕੋਈ ਅਤੇ ਝਾੜੂ ਮਾਰਦਾ ਸੀ ਅਤੇ ਝਾੜੂ ਮਾਰ ਕੇ ਟਲ ਵਜਾ ਕੇ ਸੰਖ ਵੀ ਪੂਰਦਾ ਸੀ। ਉਹ ਵਜਾਉਣ ਵਾਲਾ ਕਿੱਥੇ ਚਲੇ ਗਿਆ? ਜਿਹੜਾ ਕੱਲ੍ਹ ਤੱਕ ਇਹ ਆਵਾਜ਼ਾਂ ਦਿੰਦਾ ਸੀ, ਉਹ ਸਿਰ 'ਤੇ ਵਾਲਾ, ਉਹ ਮੁਛਲ ਮਰੋੜਲਾ, ਉਹ ਭਗਤ ਸਹੀ ਕਰਕੇ ਬੰਨ ਲਾ, ਅੱਜ ਉਹ ਕਿੱਥੇ ਚਲੇ ਗਿਆ? ਬਜਾਵਣ ਹਾਰੋ ਕਾਂ ਗਇਓ ਜਿਹਨੇ ਇਹ ਮੰਦਰ ਕੀਨਾ, ਜਿਹਨੇ ਇਸ ਮੰਦਰ ਦੇ ਵਿੱਚ ਝਾੜੂ ਮਾਰਦਾ ਸੀ ਰੋਜ਼ ਸਫਾਈ। ਮੰਦਰ ਦਾ ਮਤਲਬ ਸਰੀਰ, ਮੰਦਰ ਦਾ ਮਤਲਬ ਜੀ ਜਿਹੜਾ ਕਦੇ ਕਰੀਮਾਂ ਮਲਦਾ ਸੀ, ਕਦੇ ਤੇਲ ਮਲਦਾ ਸੀ। ਇਹ ਨਹੀਂ ਵੀ ਤੁਸੀਂ ਤੇਲ ਨਹੀਂ ਮੂੰਹ ਨੂੰ ਲਾਉਣਾ, ਐਸਾ ਗੱਲ ਨਹੀਂ ਗੀ। ਤੁਸੀਂ ਸ਼ਬਦ ਪਕੜਨ ਦੀ ਕੋਸ਼ਿਸ਼ ਕਰਿਓ, ਅੱਖੋ ਵਾਹਿਗੁਰੂ। ਸਾਦਗੀ ਜਿਹੜੀ ਹੁਣ ਆ ਗਈ ਆ, ਜਿਹੜੀ ਹੁਣ ਸਾਦਗੀ ਆ ਗਈ ਆ, ਉਹ ਜਿਹੜਾ ਕੱਲ੍ਹ ਤੱਕ ਸਾਦਗੀ ਦੇ ਲਾਗੂ ਦੀ ਨਹੀਂ ਸੀ ਲੰਘਦਾ, ਉਹ ਕਿੱਥੇ ਚਲੇ ਗਿਆ? ਬਜਾਵਣ ਹਾਰੋ ਕਾਂ ਗਇਓ ਜਿਨ ਇਹ ਮੰਦਰ ਕੀਨਾ, ਸਾਖੀ ਸ਼ਬਦ ਸੁਰਤ ਨਹੀਂ ਉਪਜੇ। ਅੱਗੇ ਬੜੀਆਂ ਸਾਖੀਆਂ, ਅੱਗੇ ਬੜੇ ਸ਼ਬਦ ਸੁਰਤ ਵਿੱਚ ਵੱਜਦੇ ਸੀ। ਖਿੰਚ ਤੇਜ ਸਭ ਲੀਨਾ, ਹੁਣ ਅੰਦਰਲੀ ਭਗਤੀ ਨੇ ਉਹ ਗੱਲਾਂ ਵਾਲਾ ਤੇਜ ਸਾਰਾ ਪਛਾਣ ਖਿੱਚ ਲਿਆ, ਭੋਗ ਪੈ ਗਿਆ। ਅੰਦਰ ਕੁਛ ਨਹੀਂ ਹੁੰਦਾ, ਅੰਦਰ ਗੁਰਦੁਆਰੇ ਬੈਠਾ ਵਾ, ਕੇਵਲ ਸ਼ਬਦ ਸੁਣਦਾ। ਕੌਣ ਮੱਥਾ ਟੇਕ ਕੇ ਗਿਆ? ਮਾਂ ਬੱਚੇ ਨੂੰ ਹੁਣੇ ਕਿਹਾ ਸੀ, ਭਾਗਾਂ ਵਾਲਾ ਸਿੰਘ ਨੇ ਮੇਰੀ ਗੱਲ ਪਕੜ ਲਈ, ਅੱਖੋ ਵਾਹਿਗੁਰੂ, ਉੱਚੀ ਬੋਲੋ। ਕੋਈ ਮੱਥਾ ਟੇਕਣ ਡਿਆ ਸੀ ਅਤੇ ਇੱਥੇ ਬੈਠਾ ਹੀ ਉਹਨਾਂ ਵੱਲ ਵੇਖਣ ਡਿਆ ਸੀ। ਇਹ ਸ਼ੋਰ ਜਦੋਂ ਬੰਦ ਹੋ ਗਿਆ, ਹੁਣ ਕਿਸੇ ਵੱਲ ਕੋਈ ਵੇਹਦਾ ਜੀ ਵੇਖ ਰਿਹਾ ਹੈ ਕਿੱਥੇ? ਜਦੋਂ ਗੁਰਦੁਆਰੇ ਦੀ ਸੰਗਤ 'ਚ ਬੈਠੀ ਹੋਈ ਹੈ ਨਾ, ਧੀ ਉਹ ਸੁਣੋ ਧਿਆਨ, ਅੱਖੋ ਵਾਹਿਗੁਰੂ। ਨਾ ਤਾਂ ਹੁਣ ਅੱਖਾਂ ਦਾ ਸੰਬੰਧ ਹੈ ਸੁਣਨ ਨਾਲ, ਧਿਆਨ ਦਿਓ, ਨਾ ਹੱਥਾਂ ਨਾਲ ਸੰਬੰਧ ਹੈ ਵੀ ਕੋਈ ਚੀਜ਼ ਇੱਥੋਂ ਹੱਥਾਂ 'ਚ ਬਣਨੀ ਹੈ। ਪਕੜ ਰਹੇ ਹੋ ਕਿ ਹੈ ਕੋਈ ਜਿਹੜਾ ਪ੍ਰਸ਼ਾਦ ਵਰਤ ਰਿਹਾ ਸ਼ਬਦਾਂ ਹੱਥਾਂ ਨਾਲ ਫੜੀਦਾ ਹੈ? ਬੋਲੋ, ਅੱਖਾਂ ਨਾਲ ਵੇਖੀਦਾ? ਇਹ ਤੇ ਕੰਨਾਂ ਦਾ ਆਹਤ ਹੈ। ਇਹ ਸਰਵਣ ਮੇਰਿਓ ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਤੇ ਇੱਥੇ ਵਿੱਚੋਂ ਕੀ ਕਰੋ? ਸੁਣੋ ਆਰਾਮ ਨਾਲ, ਅੱਖਾਂ ਭਾਵੇਂ ਮੂੰਦ ਲਈਆਂ ਭਾਵੇਂ ਖੋਲ੍ਹ ਲਈਆਂ, ਮਗਰ ਇੱਕ ਜਗ੍ਹਾ ਟਿਕ ਜਾਣ ਅਤੇ ਕੰਨਾਂ ਦਾ ਆਹਤ ਚੱਲਦਾ ਰਹੇ, ਕਿਉਂਕਿ ਸੁਣਨ ਦਾ ਆਹਤ ਕਿਹਦਾ ਹੈ? ਕੰਨਾਂ ਦਾ। ਮਗਰ ਅਸੀਂ ਇਸ ਤਰ੍ਹਾਂ ਕਰਦੇ ਨਹੀਂ। ਮਨਜੀਤ ਸਿੰਘ ਮੱਥਾ ਟੇਕ ਕੇ ਗਿਆ ਹੈ, ਮੈਂ ਤਾਂ ਚੰਗੀ ਤਰ੍ਹਾਂ ਉਹਨੂੰ ਪੜ੍ਹਿਆ, ਅਤੇ ਜੇ ਮਨਜੀਤ ਸਿੰਘ ਨੂੰ ਮੱਥਾ ਟੇਕਦਿਆਂ ਮੈਂ ਵੇਖਿਆ, ਮੈਂ ਇਹ ਵੀ ਵੇਖਿਆ ਅੱਜ ਪੱਗ ਕਿਸ ਤਰ੍ਹਾਂ ਦੀ ਵਧੀ ਆ, ਅੱਜ ਕੱਪੜੇ ਕਿਸ ਤਰ੍ਹਾਂ ਦੇ ਪਾਏ, ਸਭ ਕੁਛ ਮੈਂ ਵੇਖਿਆ ਹੈ। ਵੇਖਿਆ ਕਿ ਨਹੀਂ? ਬੋਲੋ, ਅਰੇ ਬੋਲੋ ਨਾ, ਮੈਂ ਪੜ੍ਹਿਆ ਹੈ ਵੀ ਮਨਜੀਤ ਸਿੰਘ ਨੇ ਅੱਜ ਕਾਲੀ ਪੱਗ ਬੱਧੀ ਆ, ਲਾਲ ਪੱਗ ਬੱਧੀ ਆ, ਇਹ ਛੋਰ ਅੰਦਰ ਪਿਆ ਹੈ। ਮੇਰਾ ਸਾਹਿਬ ਕਹਿੰਦਾ ਉਹ ਕਿੱਧਰ ਚਲੇ ਗਏ? ਸਭ ਕੁਛ ਹੁਣ ਨਹੀਂ ਵੇਖਦਾ, ਅੱਖਾਂ ਤਾਂ ਖੁੱਲ੍ਹੀਆਂ ਨੇ ਮਗਰ ਟਿਕ ਗਈਆਂ, ਟਿਕ ਗਈਆਂ, ਟਿਕਟ ਕੀ ਲੱਗ ਗਈ ਅੰਦਰ, ਜਦੋਂ ਉਹ ਅਵਸਥਾ ਬਣ ਗਈ। ਸਰਵਣ ਵਿਕਲ ਭੈ ਸੰਗ ਤੇਰੇ, ਜਿਹੜੇ ਕੰਨ ਨੇ ਨਾ ਹੁਣ ਵਿਕਲ ਹੋ ਗਏ, ਵਿਕਲ ਹੋ ਗਏ। ਅੱਗੇ ਉਹ ਉੱਥੋਂ ਚੁਗਲੀ ਸੁਣ ਲਵੇ, ਅੱਗੇ ਉਹ ਉੱਥੋਂ ਪਰਾਈ ਕੋਈ ਗੱਲ ਚੱਲਦੀ ਸੀ ਤਾਂ ਪਕੜ ਲੈਂਦੇ ਸੀ, ਹੁਣ ਸਰਵਣ ਇੱਧਰ ਉੱਧਰ ਦੀਆਂ ਗੱਲਾਂ ਕਰਨ ਦਿਓ ਥੱਕ ਗਏ, ਸੁਣਨ ਤੋਂ ਥੱਕ ਗਏ। ਹੁਣ ਨਹੀਂ ਕੁਛ ਸੁਣਦੇ, ਹੁਣ ਇੱਕੋ ਹੀ ਧੁਨੀ ਸੁਣਦੀ ਜਿਹੜੀ ਅੰਦਰ ਹੋ ਰਹੀ, ਇੱਕੋ ਹੀ ਧੁਨੀ ਸੁਣਦੀ ਜਿਹੜਾ ਕੀਰਤਨੀਆ ਸਿੰਘ ਗਾ ਰਿਹਾ, ਕੀਰਤਨ ਕਰ ਰਿਹਾ, ਹੋਰ ਕੁਛ ਨਹੀਂ ਸੁਣਦਾ। ਹੁਣ ਸਰਵਣ ਇਸ ਅਵਸਥਾ ਵਿੱਚ ਆ ਕੇ
ਇੰਦਰੀ ਕਾ ਬਲ ਥੱਕ, ਸਾਰੀਆਂ ਇੰਦਰੀਆਂ ਦਾ ਬਲ ਹੁਣ ਥੱਕ ਗਿਆ, ਵਾਸ਼ਨਾ ਮਰ ਗਈ ਅੰਦਰੋਂ, ਅੱਖ ਵਾਹਿਗੁਰੂ ਚਰਨ ਰਹਿ ਕਰ ਟਰਕ ਪਰੇ ਹੈ, ਪੈਰ ਵੀ ਥੱਕ ਗਏ ਨੇ, ਕਰਮ ਨੇ ਹੱਥ ਹੱਥ ਵੀ ਥੱਕ ਗਏ ਨੇ, ਮੁਖੋ ਨਾਨਕ ਸੇ ਬਾਤਾ, ਬੋਲੋ ਬੋਲਾ ਫਿਰ ਬੋਲੋ, ਜੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ, ਹੇੜੇ ਮੁੱਤੀ ਤਾਸ ਜਾਨੀ ਚੱਲ ਗਏ, ਬੋਲਿਆ ਤੁਹਾਨੂੰ ਬਾਣੀ ਨਹੀਂ ਆਉਂਦੀ, ਜਾਨੀ ਜਿਹੜੇ ਤਦ ਤੱਕ ਮੇਰੇ ਸੱਜਣ ਸੀ ਨਾ, ਅੱਖਾਂ ਬੜੀਆਂ ਨਰੋਈਆਂ ਸੀ, ਅੱਖੋ ਵਾਹਿਗੁਰੂ, ਦੰਦ ਬੜੇ ਨਰੋਏ ਸੀ, ਪੈਰ ਬੜੇ ਨਰੋਏ ਸੀ, ਭੱਜ ਭੱਜ ਕੇ ਇਤਰਾ ਪਹਾੜਾਂ 'ਤੇ ਚੜ੍ਹ ਦਿੰਦੇ, ਸੈਰ ਕਰਦੇ ਭੱਜੇ ਹੀ ਆਉਂਦੇ ਸੀ, ਅੱਜ ਉਹ ਚੱਬਣ ਦੰਦ ਵੀ ਚੱਲਣ ਪੈਰ ਵੀ ਰਤਨ ਸੇ ਸੁਣੀਅਰ ਬਹਿ ਗਏ, ਤਨ ਵੀ ਹੁਣ ਛੱਡਤੀ, ਬੋਲੋ ਘੱਟਦੀ ਕਿ ਨਹੀਂ ਬੁੱਢਿਆਂ ਦੀ, ਬੋਲੋ ਤੁਸੀਂ ਹਾਲੀ ਨਵੇਂ ਹੋ, ਗੁਰੂ ਰਾਮਦਾਸ ਪਾਤਸ਼ਾਹ ਤੁਹਾਨੂੰ ਸ਼ਕਤੀ ਬਖਸ਼ੀ ਰੱਖੇ, ਇੱਕ ਦਿਨ ਆਉਂਦਾ ਨਾ ਜਿਹਦੇ ਨਾਲ ਸੁਣਨ ਤੋਂ ਵੀ ਜੀਵਦੇ ਕਰਨ ਘੱਟ ਹੋ ਜਾਂਦੇ, ਅੰਧਵੀ ਨੂੰ ਸੁਣਦਾ ਨਹੀਂ, ਇਹ ਉੱਥੋਂ ਦੀ ਗੱਲ ਹੈ ਜਦੋਂ ਸਭ ਕੁਝ ਥੱਕ ਗਿਆ ਤੇ ਥਾਕੇ ਪੰਜ ਦੂਤ ਸਭ ਤਸਕਰ, ਜਿਹੜੇ ਪੰਜ ਦੂਤ ਸੀ ਨਾ ਚੋਰ ਸੀ ਜਿਹੜੇ ਅੰਦਰ ਹੀ ਨੇ, ਬੋਲੋ ਬੁੱਢੇ ਬਾਰੇ ਤੱਕ ਇਹ ਪੰਜੇ ਅੰਦਰ ਲੈਂਦੇ ਕਿ ਨਹੀਂ, ਬੋਲੋ ਖੁੱਲ੍ਹ ਕੇ ਬੋਲਿਆ ਕਰੋ, ਹੈਗੇ ਕਿ ਨਹੀਂ, ਬੋਲੋ, ਆਹ ਬਜ਼ੁਰਗ ਬੈਠੇ, ਮੈਂ ਵੀ ਬੈਠਾ, ਆਹ ਵੀ ਬੈਠੇ ਨੇ, ਇਹਨਾਂ ਨੂੰ ਪੁੱਛੋ, ਪੰਜੇ ਅੰਦਰ ਹੀ ਨੇ, ਲੋਭ ਵੀ ਅੰਦਰ ਆ, ਵਾਚਨਾ ਵੀ ਅੰਦਰ ਆ, ਮਗਰ ਹੁਣ ਥੱਕ ਗਿਆ ਸਭ ਕੁਛ, ਥਾਕੇ ਲਿਖਿਆ ਇੱਥੇ, ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭਰਮ 'ਤੇ, ਜਿਹੜੇ ਆਪਣੇ ਆਪ ਹੀ ਭਰਮਦੇ ਰਹਿੰਦੇ ਸੀ ਨਾ, ਸਭ ਥੱਕ ਕੇ ਇੱਕ ਜਗ੍ਹਾ 'ਤੇ ਬਹਿ ਗਏ, ਹੁਣ ਅੱਖਾਂ ਖੋਲ੍ਹਣ ਨੂੰ ਦਿਲ ਨਹੀਂ ਕਰਦਾ, ਕਹਿੰਦਾ ਬੱਚਿਓ ਕੱਲ੍ਹ ਤੱਕ ਕਹਿੰਦਾ ਟੀ ਵੀ ਲਾਓ ਸੁਣੀਏ, ਕਹਿੰਦਾ ਸੀ, ਬੋਲੋ ਹੁਣ ਬੰਦ ਕਰੋ, ਮੇਰੀ ਜਾਨ ਕੱਢਣੀ ਜੇ, ਇੰਨੀ ਉੱਚੀ ਆਵਾਜ਼ ਕੀਤੀ ਜੇ, ਕੰਨ ਥੱਕ ਗਏ ਨੇ ਸੁਣ ਸੁਣ ਕੇ, ਹੁਣ ਸੁਣ ਨਹੀਂ ਸਕਦੇ, ਪਤਾ ਲੱਗਾ ਜੀ, ਕਹਿੰਦੇ ਆ ਕਿ ਨਹੀਂ, ਬੋਲੋ ਨਾ, ਕਿਹਾਲੀ ਨਹੀਂ, ਆ ਮੈਂ ਤੁਹਾਨੂੰ ਸਾਰਾ ਬਜ਼ੁਰਗਾਂ ਨੂੰ ਪੁੱਛਦਾ ਕਿ ਹਾਲੀ ਨਹੀਂ, ਮਸ਼ੀਨ ਲਾ ਕੇ ਸੁਣਦੇ ਹੋਗੇ, ਕੰਨ ਥੱਕ ਗਏ, ਸਭ ਕੁਛ ਥੱਕ ਗਿਆ ਅੰਦਰ, ਅਖਵੇਰ ਜਰਾ ਹਾਕ ਦੀ ਸਭ ਮਤ ਥੱਕੀ ਏਕ ਨਾ ਥੱਕ ਸਮਾਇਆ, ਸਾਰਾ ਕੁਛ ਥੱਕ ਗਿਆ ਹੈ, ਮਗਰ ਅੰਦਰ ਅਜੇ ਕੁਛ ਨਾ ਕੁਛ ਚੱਲ ਰਿਹਾ ਹੈ, ਅਜੇ ਹੋਰ ਵੇਖਣਾ, ਅਖਵੇਰ ਥਾਕਾ ਮਨ ਕੁੰਚਰ, ਜਿਹੜਾ ਮਨ ਰੂਪੀ ਹਾਥੀ ਸੀ ਨਾ ਅੱਗੇ ਐਡਾ ਵੱਡਾ, ਅਤੇ ਬੜੀਆਂ ਡੀਕਰਾਂ ਮਾਰਦਾ ਸੀ ਮਨ, ਹੁਣ ਮਨ ਵੀ ਥੱਕ ਗਿਆ, ਔਰ ਥਾਕਾ ਅੰਦਰਲਾ ਸਾਰਾ ਬਲ ਥੱਕ ਗਿਆ, ਤੇਜ ਸੂਤ ਧਰ ਰਮਤੇ, ਜਿਹੜਾ ਤੇਜ ਸਾਰਾ ਸੀ ਨਾ ਉਹ ਵੀ ਰਮਤਾ ਹੋ ਰਿਹਾ ਅੰਦਰੋਂ, ਤੇਜਤਾ ਪੁਣ ਅੱਖਾਂ ਚੁੱਕ ਕੇ ਵੇਖਦਾ, ਕਿਸੇ ਦੇ ਅੰਦਰ ਉਹ ਆਵਾਜ਼ ਨਹੀਂ ਭੇਜ ਸਕਦਾ ਜਿਹੜਾ ਜਵਾਨੀ ਵੇਲੇ ਅੱਖਾਂ ਚੁੱਕ ਕੇ ਭੇਜਦਾ ਸੀ, ਅੱਖਾਂ ਦਾ ਵੀ ਤੇਜ ਮੁੱਕ ਗਿਆ, ਸਰੀਰ ਦਾ ਵੀ ਤੇਜ, ਬੋਲੋ ਗੁਰੂ ਕੇ ਸਿੱਖ, ਅੱਗੇ ਪਤਾ ਦੌਕਾ ਮਾਰਦਾ ਸੀ ਜਾਨ ਕੱਢ ਲੈਂਦਾ ਸੀ, ਹੁਣ ਦੌਕਾ ਨਹੀਂ ਮਾਰਦਾ, ਬੇਟਾ ਤੂੰ ਮੇਰੀ ਗੱਲ ਕਿਉਂ ਨਹੀਂ ਮੰਨਦਾ, ਹੁਣ ਆਹ ਕਹਿੰਦਾ ਸਭ ਕੁਝ ਥੱਕ ਗਿਆ, ਅੱਖ ਵਹਿਗੁਰੂ ਮ੍ਰਿਤਕ ਭੈ ਦਸੇ ਬੰਦ ਛੂਟੇ, ਉੱਤੇ ਪੜ੍ਹ ਰਹੇ ਹੋ, ਵੇਖੋ ਭਲਾ ਜਿਹੜੇ ਦਸੇ ਕਰਮ ਤੇ ਗਿਆਨ ਇੰਦਰੀਆਂ ਸੀ ਨਾ ਦਸ, ਮਰ ਗਈਆਂ ਨੇ, ਨਹੀਂ ਤੇ ਅੱਗੇ
ਸਾਰੀਆਂ ਕੰਮ ਕਰਦੀਆਂ ਸੀ, ਭੱਜੀਆਂ ਫਿਰਦੀਆਂ। ਮ੍ਰਿਤਕ ਪੈ ਦਸੇ ਬੰਦ, ਬੰਦ ਛੁੱਟੇ, ਸਭ ਬੰਦ ਹੋ ਗਏ, ਸਭ ਛੁੱਟ ਗਏ। ਨਾ ਕਰਮ ਇੰਦਰੀਆਂ ਨੂੰ ਕੋਈ ਸੋਝੀ ਹੈ, ਨਾ ਗਿਆਨ ਇੰਦਰੀਆਂ ਨੂੰ ਕੋਈ ਸੋਝੀ। ਇਹ ਬਜ਼ੁਰਗ ਅਵਸਥਾ ਵਿੱਚ ਆਣ ਕੇ ਜਿਸ ਤਰ੍ਹਾਂ ਬੰਦੇ ਨੂੰ ਹੋ ਜਾਂਦਾ, ਇਹ ਅੰਦਰਲੀ ਅਵਸਥਾ ਨਾਲ ਰਿਲੇਟਡ ਨੇ। ਜਦੋਂ ਸਭ ਕੁਛ ਬੰਦ ਹੋ ਗਿਆ, ਇੱਕ ਬਚਨ ਕੁਰਬਾਣੀ 'ਚ ਲਿਖਿਆ, ਅੱਖ ਵਾਹਿਗੁਰੂ ਬੋਲੋ ਨਾ। ਇਹ ਜਿਹੜੀ ਦੇਹ ਹੈ ਇੱਕ ਸਰੀਰ ਆ, ਜਿਹੜੀ ਦੇਹ ਹੈ ਨਾ ਇੱਕ ਖੇਤ ਆ, ਬੋਲੋ ਕੀ ਹੈ? ਅਤੇ ਤੁਸਾਂ ਤਾਂ ਮੈਂ ਜਿਸ ਤਰ੍ਹਾਂ ਪੈਲੀ ਨਹੀਂ ਤੁਸੀਂ ਦੇ ਆਏ, ਜਿੱਥੇ ਤੁਸੀਂ ਪੰਜਾਬ ਰਹਿੰਦੇ ਹੋ ਅਤੇ ਪੈਲੀਆਂ ਠੇਕੇ 'ਤੇ ਦੇ ਆਉਂਦੇ ਕਿ ਨਹੀਂ, ਬੋਲੋ ਗੁਰੂ। ਇਹ ਵੀ ਦਿੱਤਾ ਹੈ, ਇਹ ਕੈਲਗਰੀ ਦਿੱਤਾ ਹੈ, ਉਹ ਇੰਡੀਆ ਦਿੱਤਾ ਹੈ, ਕਿਹਨੂੰ ਕਿਹਨੂੰ ਦੱਸੋ ਭਲਾ, ਕਿਹਨੂੰ ਕਿਹਨੂੰ ਦਿੱਤਾ ਜੀ ਠੇਕੇ 'ਤੇ, ਬੋਲੋ। ਪੰਜਾਂ ਨੂੰ, ਪੰਜਾਂ ਨੂੰ ਕਹਿ ਤਾ ਵੀ ਤੁਸੀਂ ਖੇਤੀ ਕਰੋ ਇਹਦੇ 'ਚ, ਨਹੀਂ ਪਤਾ ਮੇਰੇ ਕੋਲੋਂ ਤਾਂ ਹੁਣ ਕੁਝ, ਮੈਂ ਤਾਂ ਕੁਝ ਕਰ ਨਹੀਂ ਸਕਦਾ, ਮੈਂ ਤਾਂ, ਤੁਸੀਂ ਖੇਤੀ ਕਰੋ। ਹੁਣ ਉਹ ਪੰਜੇ ਆਪੋ ਆਪਣੇ ਕਾਮ ਆਪਣੀ ਖੇਤੀ ਕਰ ਰਿਹਾ, ਕ੍ਰੋਧ ਆਪਣੀ ਖੇਤੀ ਕਰ ਰਿਹਾ, ਲੋਭ ਆਪਣੀ ਖੇਤੀ ਕਰ ਰਿਹਾ, ਮੋਹ। ਵੇਖਿਆ ਜਿਹੜਾ ਖੇਤੀ ਕਰਦਾ ਅਮੀਰ ਹੁੰਦਾ ਜਾਂਦਾ, ਬੋਲੋ ਜੀ। ਜਿਹੜਾ ਖੇਤੀ ਕਰੂਗਾ ਕੀ ਹੁੰਦਾ ਜੋ, ਕਿਉਂਕਿ ਵਿੱਚੋਂ ਵੱਧ ਰਿਹਾ ਨਾ, ਇੱਕ ਦਾਣੇ ਦਾ 100 ਦਾਣਾ ਬਣ ਰਿਹਾ। ਇਸ ਤਰ੍ਹਾਂ ਜਿਹੜੀ ਵਾਸ਼ਨਾ ਹੈ ਨਾ ਦਿਨੋਂ ਦਿਨ ਵੱਧਦੀ, ਕਿਉਂਕਿ ਤੁਸੀਂ ਉਹਨੂੰ ਖੇਤ ਆਪਣਾ ਦੇ ਦਿੱਤਾ ਹੈ, ਉਹ ਖਾਈ ਜਾਂਦਾ ਅਤੇ ਵਧੀ ਜਾਂਦਾ। ਜਿਹੜਾ ਕ੍ਰੋਧ ਆ ਉਹ ਵੀ ਵਧੀ ਜਾਂਦਾ। ਇੱਕ ਦਿਨ ਐਸਾ ਆਇਆ, ਅੱਖ ਵਾਹਿਗੁਰੂ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਜਦੋਂ ਧਰਮ ਰਾਜ ਨੇ, ਹੁਣ ਲੇਖਾ ਕਿਹਦੇ ਕੋਲ ਮੰਗਣਾ ਹੈ, ਠੇਕੇ ਵਾਲਿਆਂ ਕੋਲੋਂ ਕਿ ਖੇਤ ਵਾਲੇ ਕੋਲੋਂ? ਅਤੇ ਤੁਸੀਂ ਭਾਈ ਜੀ ਜਿੱਥੇ ਮਰਜ਼ੀ ਭੱਜ ਜਾਓ, ਹੁਣ ਉਸ ਖੇਤ ਵਿੱਚ ਤੁਸੀਂ ਕਿਸੇ ਨੂੰ ਖੇਤ ਇੱਕ ਦਿੱਤਾ ਹੋਵੇ, ਚੰਗੀ ਤਰ੍ਹਾਂ ਸੁਣ ਲਓ, ਇਹਦੇ ਨਾਲ ਹੋਰ ਸੌਖਾ ਹੋ ਜਾਓ। ਤੁਸੀਂ ਕਿਸੇ ਨੂੰ ਖੇਤ ਠੇਕੇ ਦੇ ਦਿੱਤਾ ਹੈ, ਅਤੇ ਤੁਸੀਂ ਆਪ ਸ਼ਹਿਰ ਰਹਿਣ ਲੱਗ ਪਏ, ਕਿੱਥੇ? ਕੈਲਗਰੀ ਰਹਿਣ ਲੱਗ ਪਏ, ਮਗਰ ਉਹਨੇ ਪੋਸਤ ਬੀਜਿਆ ਹੋਇਆ ਕਾਹਦੇ 'ਚ? ਜਿਹੜਾ ਖੇਤ ਤੁਸੀਂ, ਉਹਦੇ ਵਿੱਚ ਕੀ ਬੀਜ? ਉਹਨੇ ਨੇ ਪੋਸਤ ਬੀਜਤਾ, ਅਤੇ ਜੇ ਪੁਲਿਸ ਪੈ ਗਈ ਤਾਂ ਕੇਸ ਕਿਸ 'ਤੇ ਬਣਨਾ? ਬੋਲੋ ਜੀ। ਭਾਵੇਂ ਉਹ ਕੈਲਗਰੀ ਬੀਜਾ ਹੈ, ਕੇਸ 'ਤੇ ਉਹਦੇ ਬਣਨਾ ਜਿਹਦਾ ਧਰਮ ਰਾਏ ਜਬ ਲੇਖਾ ਮੰਗੇ ਬਾਕੀ ਨਿਕਸੀ ਭਾਰੀ। ਬਾਕੀ ਹਿਸਾਬ ਕਿਤਾਬ ਬੜਾ ਨਿਕਲਿਆ, ਕਹਿੰਦੇ ਭਾਈ ਜੀ ਤੁਹਾਡਾ ਤਾਂ ਹਿਸਾਬ ਕਿਤਾਬ ਵੀ ਬੜਾ ਹੈ, ਫੜਿਆ ਕਿਹੜਾ? ਪੰਚ ਕਿਰਸਾਨਵਾ ਭਾਗ ਗਏ, ਨਹੀਂ ਪਤਾ ਲੱਗ ਰਿਹਾ, ਸੋਚੀ ਪੈ ਗਏ। ਜਿਹੜੇ ਪੰਜ ਕਿਰਸਾਨ ਖੇਤੀ ਕਰਨ ਡਿਆ ਸੀ ਨਾ, ਇੱਧਰੋਂ ਜਦੋਂ ਆਣ ਕੇ ਛਾਪਾ ਪਿਆ ਤੇ ਇਹਨਾਂ ਵੀ ਭੱਜ ਜਾਣਾ ਜੇ। ਲੇ ਬੰਦਿਓ ਜੀਓ ਦਰਬਾਰੀ, ਨਹੀਂ ਪਤਾ ਲੱਗਾ ਜੀ। ਲੇ ਬੰਦਿਓ ਜਿਹਨੂੰ ਖੇਤ ਮਿਲਿਆ ਵਾ ਉਹਨੂੰ ਫੜ ਕੇ ਬੰਨ ਲਿਆ ਵੀ ਭਾਈ ਜੀ ਖੇਤ ਤੇਰੇ ਨਾਂ ਬੋਲਦਾ ਹੈ, ਤੁਸੀਂ ਤਿਆਰ ਰਹੋ। ਹੁਣ ਤਾਂ ਸੁੱਤੇ ਆ ਨਾ ਗਹਿਰੀ ਨੀਂਦ, ਦੇ ਕੇ ਪੰਜਾਂ ਨੂੰ, ਚੋਰਾਂ ਨੂੰ ਕੀ ਆਪਣਾ ਖੇਤ, ਅਤੇ ਇਹਦੇ ਵਿੱਚ ਜੋ ਮਰਜ਼ੀ ਖੇਤ ਬੀਜ ਰਹੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਦੀ ਖੇਤੀ ਖੂਬ ਕਰ ਰਹੇ ਨੇ, ਉਹ ਮਜ਼ੇ ਲੈ ਰਹੇ ਨੇ। ਮਗਰ ਗੁਰੂ ਕੇ ਸਿਖਾ ਜੇ ਤੂੰ ਵਿਹਲਾ ਬੈਠਾ ਹੈ ਨਾ, ਜਿੱਦਣ ਫੜਿਆ ਗਿਓ, ਬਰਜਿੰਦਰ ਸਿੰਘ ਸੁਸਤੀ ਪੈਂਦੀ, ਆਖੋ ਵਾਹਿਗੁਰੂ, ਜਿੱਦਣ ਫੜਿਆ ਗਿਓ, ਇਹ ਪੰਜੇ ਭੱਜ ਜਾਣੇ। ਮੈਂ ਨਹੀਂ ਕਹਿ ਰਿਹਾ, ਬਾਬੇ ਕਬੀਰ ਜੀ ਦੀ ਬਾਣੀ ਕਹਿ ਰਹੀ, ਪੰਚ ਕਿਰਸਾਨਵਾਂ ਭਾਗ ਗਏ, ਬੋਲੋ ਭਲਾ, ਨਹੀਂ ਬੋਲੇ, ਬੋਲੋ।
ਪੰਜ ਕਿਰਸਾਨ ਵਾ ਜਿਹੜੇ ਪੰਜ ਕਿਰਸਾਨ ਅੰਦਰ ਮੌਜਾਂ ਲੈਣ ਡਿਆ ਸੀ ਪੁਲਿਸ ਦਾ ਛਾਪਾ ਪਿਆ ਤੇ ਉਹ ਪੰਜੇ ਹੀ ਫੜਿਆ ਕੌਣ ਗਿਆ ਲੈ ਬੰਦਿਓ ਜੀਓ ਦਰਬਾਰੀ ਜਿੰਦ ਨੂੰ ਫੜ ਕੇ ਤੇ ਬੰਨ ਕੇ ਉੱਥੇ ਲੈ ਗਏ ਬਾਬਾ ਕਬੀਰ ਕਹਿੰਦਾ ਹੈ ਖੇਤ ਛਡਾ ਲਓ ਖੇਤ ਕਿਹਨਾਂ ਕੋਲੋਂ ਇੱਕ ਵਾਰ ਤਰਲਾ ਪਾਓ ਇਨ ਤੇ ਆਪ ਛਡਾਓ ਇਨ ਤੇ ਆਪ ਛਡਾਓ ਇਨ ਤੇ ਕਾਮ ਕਰੋ ਦਲੋਬ ਝੂਠ ਨਿੰਦਾ ਕਾਮ ਕਰੋ ਦਲੋਬ ਝੂਠ ਨਿੰਦਾ ਕਾਮ ਚੰਡੀਗੜ੍ਹ ਦੇ ਕੋਲ ਕੋਲ ਜਿਹੜੇ ਜ਼ਮੀਂਦਾਰ ਨੇ ਨਾ ਜੀ ਉਹਨਾਂ ਕੋਲ ਤੁਹਾਡੇ ਵਰਗੀਆਂ ਜ਼ਮੀਨਾਂ 20-20 ਕਿੱਲੇ 25-25 ਕਿੱਲੇ ਨਹੀਂ ਹੈਗੀਆਂ ਦੋ ਦੋ ਕਿੱਲੇ ਜ਼ਮੀਨਾਂ ਨੇ ਮਗਰ ਉਹ ਤੁਹਾਡੇ ਅਤੇ ਮੇਰੇ ਸਾਰਿਆਂ ਤੋਂ ਅਮੀਰ ਨੇ ਕਿਉਂ ਨਹੀਂ ਅਖਵੇ ਉੱਚੀ ਬੋਲੋ ਉਹ ਤਾਂ ਅਮੀਰ ਨੇ ਉਹ ਇੱਕ ਖੇਤ ਵਿੱਚੋਂ ਚਾਰ ਚਾਰ ਖੇਤੀ ਕਰਦੇ ਚਾਰ ਚਾਰ ਵਾਰ ਲੱਗੇ ਰਹਿੰਦੇ ਅਸੀਂ ਸਰਦਾਰ ਫਿਰੋਜ਼ਪੁਰ ਵਾਲੇ ਮੋਗੇ ਵਾਲੇ ਅੰਮ੍ਰਿਤਸਰ ਵਾਲੇ ਇਹ ਜਿੰਨੇ ਲੋਕ ਬੈਠੇ ਹਾਂ ਕਣਕ ਬੀਜ ਲਈ ਅਤੇ 6 ਮਹੀਨੇ ਦੇਰ ਤਾਸ਼ ਅਤੇ ਤਾਸ਼ ਵਿਹਲੇ ਪਕੜ ਰਹੇ ਹੋ ਗੱਲ ਨੂੰ ਮੈਂ ਕੀ ਕਹਿ ਰਹੀ ਅਸੀਂ ਕੀ ਕੀਤਾ ਸਵੇਰੇ ਜਪਜੀ ਸਾਹਿਬ ਪੜ੍ਹ ਲਿਆ ਅਤੇ ਸਾਰਾ ਦਿਨ ਦੇਹ ਨਿੰਦਾ ਦੇਹ ਚੁਗਲੀ ਦੇਹ ਫੇਸਬੁੱਕ ਦੇਹ ਵਟਸਅਪ ਛੱਡਦੀ ਖੇਤੀ ਖੁੱਲ੍ਹੀ ਅਖਵੇ ਚੰਡੀਗੜ੍ਹ ਵਾਲੇ ਕੀ ਕਰਦੇ ਗੋਭੀ ਪੁੱਟ ਕੇ ਮਟਰ ਮਟਰਾਂ ਤੋਂ ਫਿਰ ਆਲੂ ਆਲੂ ਤੋਂ ਪਿਆਜ਼ ਸਭ ਕੁਝ ਕੱਢ ਕੱਢ ਕੇ ਇੰਨੇ ਅਮੀਰ ਹੋ ਜਾਂਦੇ ਇੰਨੀ ਖੇਤੀ ਕਰਦੇ ਆ ਵੀ ਉਹ ਅਮੀਰ ਹੋ ਕੇ ਸਾਰੇ ਕਰਜ਼ੇ ਲਾ ਕੇ ਵੱਡੇ ਵੱਡੇ ਘਰ ਬਣਾ ਕੇ ਬੈਠੇ ਚੰਡੀਗੜ੍ਹ ਦੇ ਕੋਲ ਜਾ ਕੇ ਵੇਖ ਲਓ ਜੰਗਪੁਰਾ ਬੂਟਾ ਸਿੰਘ ਵਾਲਾ ਇਹ ਸਾਰੇ ਪਿੰਡਾਂ 'ਚ ਕਿਹੜੇ ਕਿਹੜੇ ਲੋਕਾਂ ਨੇ ਮਹਿਲ ਬਣਾਏ ਨੇ ਕਿੱਥੋਂ ਬਣਾਏ 2 ਕਿੱਲਿਆਂ 'ਚੋਂ ਕਿਉਂਕਿ ਰਾਤ ਦੇਣ ਤੁਹਾਨੂੰ ਵੀ ਮੇਰਾ ਬਾਪੂ ਕਹਿੰਦਾ ਜਪਜੀ ਸਾਹਿਬ ਪੜ੍ਹ ਕੇ ਨਾ ਜਿਓ ਸਾਰਾ ਦਿਨ ਵਾਹਿਗੁਰੂ ਕਰੋ ਖੇਤੀ ਸਵੇਰੇ ਜਪਜੀ ਸਾਹਿਬ ਪੜ੍ਹ ਕੇ ਪੰਜ ਬਾਣੀਆਂ ਪੜ੍ਹ ਕੇ ਜਦੋਂ ਤੁਹਾਡੇ ਕੋਲ ਟਾਈਮ ਮਿਲੇ ਸੁਖਮਨੀ ਸਾਹਿਬ ਪੜ੍ਹੋ ਆਸਾ ਕੀ ਵਾਰ ਪੜ੍ਹੋ ਉੱਠਦਿਆਂ ਬਹਿੰਦਿਆਂ ਸੌਂਦਿਆਂ ਵਾਹਿਗੁਰੂ ਗੁਰਮੰਤਰ ਸਾਰਾ ਦਿਨ ਇਹਦੇ ਖੇਤ ਵਿੱਚੋਂ ਕੁਝ ਨਾ ਕੁਝ ਕੱਢਦੇ ਹੀ ਰਹੋ
ਖੇਤ ਹੀ ਕਰੋ ਲਪੇੜਾ। ਅਤੇ ਜਿੱਦਣ ਇੰਨੀ ਖੇਤੀ ਕਰਕੇ ਨਾ ਪੂਰੀ ਦੀ ਪੂਰੀ ਧਰਮਰਾਜ ਦੇ ਕਾਊਂਟਰ 'ਤੇ ਜਾਓਗੇ ਨਾ ਲੇਖਾ ਦੇਣ ਲਈ ਪੱਖ ਵਾਹਿਗੁਰੂ, ਉੱਥੇ ਜਾ ਕੇ ਪੰਡਾਂ ਦੀਆਂ ਪੰਡਾਂ ਰੱਖ ਕੇ ਕਹਿਣਾ ਲਿਆ ਵੀ ਕਰ ਸਾਹਿਬ ਤਾਂ ਨਹੀਂ ਭੁੱਲ ਰਹੇ, ਲਿਆ ਬਈ ਕਿੰਨੀ ਕੁ ਬਾਕੀ ਆ ਤੇਰੀ, ਕਹਿੰਦਾ ਜੀ ਇੰਨੀ ਰਹਿੰਦੀ, ਕਹਿੰਦੇ ਆਪਣਾ ਹਿਸਾਬ ਪੂਰਾ ਕਰ ਲਾ ਅਤੇ ਹੁਣ ਮੈਨੂੰ ਬਰੀ ਕਰ, ਅਬ ਕੀ ਵਾਰ ਐਰਕਾਂ ਦੀ ਵਾਰ ਹੀ, ਹੁਣ ਮੇਰਾ ਖਾਤਾ ਬੂਤਾ ਸਭ ਕੁਝ ਪਾੜ ਕੇ ਅਤੇ ਬਖਸ਼ ਦੇ ਬਹੁ ਨਾ ਭਵਜਲ, ਦੁਬਾਰਾ ਨਾ ਹੁਣ ਮੈਨੂੰ ਮਿਲਾਈ, ਕਿਉਂਕਿ ਹਰ ਬੰਦਾ ਤਰੀਕੇ ਉਨਾ ਚਿਰ ਆਉਂਦਾ ਜਿੰਨਾ ਚਿਰ ਉਹ 'ਤੇ ਕੇਸ ਚੱਲਦਾ ਹੈ। ਇੱਕ ਵਾਰ ਮੈਨੂੰ ਦੱਸੋ ਤਰੀਕੇ ਕੋਰਟ ਵਿੱਚ ਕਿੰਨਾ ਚਿਰ ਜਾਈਦਾ ਜਿੰਨਾ ਚਿਰ, ਅਤੇ ਜਿੱਦਣ ਕੇਸ ਨਿਬੜ ਗਿਆ ਫਿਰ ਤਰੀਕੇ ਆਉਣਾ ਪੈਂਦਾ ਹੈ, ਜਿੱਦਣ ਕੇਸ ਨਿਬੜ ਗਿਆ ਤੁਹਾਨੂੰ ਜੰਮਣ ਮਰਨ 'ਚ ਦੁਬਾਰਾ ਨਹੀਂ ਆਉਣਾ ਪੈਣਾ, ਮਗਰ ਉਹਨੂੰ ਮਿਟਾਉਣ ਨੂੰ ਕਮਾਈ ਕਰੋ। ਪੱਖ ਵਾਹਿਗੁਰੂ, ਮ੍ਰਿਤਕ ਭੈ ਦਸੇ ਬੰਦ ਛੁੱਟੇ, ਮਰ ਗਿਆ ਸਭ ਕੁਝ, ਦਸ ਇੰਦਰੀਆਂ ਕਰਮ ਇੰਦਰੀਆਂ ਗਿਆਨ ਇੰਦਰੀਆਂ ਸਾਰੇ ਪਾਸਿਆਂ ਤੋਂ ਸੁਰਤ ਅੰਦਰ ਆ ਗਈ, ਮਿੱਤਰ ਭਾਈ ਸਭ ਛੋਰੇ, ਜਿਹੜਾ ਇਹਨਾਂ ਪੰਜ ਗਿਆਨ ਇੰਦਰੀਆਂ ਅਤੇ ਕਰਮ ਇੰਦਰੀਆਂ ਦੇ ਵਿੱਚੋਂ ਗਾਂ ਮਿੱਤਰ ਭਾਈ ਇਹਨਾਂ ਦੇ ਬਣੇ ਸੀ ਨਾ, ਵਾੜੀਆਂ ਵਾਸ਼ਨਾਵਾਂ ਲਾਲਚ ਲੋਭ ਇਹ ਸਭ ਛੱਡ ਦਿੱਤੇ, ਹੁਣ ਅੰਦਰਲੀ ਸੁਰਤ ਨੇ ਪਕੜ ਲਿਆ ਜੋ ਜੀ, ਅੰਦਰਲੀ ਜਦੋਂ ਸਭ ਕੁਝ ਛੁੱਟ ਗਿਆ ਅਤੇ ਇਹ ਵੀ ਸਭ ਕੁਝ ਛੱਡ ਦਿੱਤਾ ਸੁਰਤ ਨੇ, ਆਜ਼ਾਦ ਹੋ ਕੇ ਬਹਿ ਗਈ। ਪੱਖ ਵਾਹਿਗੁਰੂ, ਕਹਿਤ ਕਬੀਰਾ ਜੋ ਹਰ ਧਿਆਵੈ, ਬੋਲੋ ਹਾਂ ਐਸੇ ਜਿੰਨੀਆਂ ਗੂੰਜਾਂ ਪੈੜੀਆਂ ਚਾਹੀਦੀਆਂ ਉਹਨੀਆਂ ਪਾਉਂਦੇ ਨੇ, ਤੁਸੀਂ ਚੁਗਲੀ 'ਤੇ ਜ਼ੋਰ ਲਾਉਣਾ ਹੋਵੇ, ਨਿੰਦਾ 'ਤੇ ਜ਼ੋਰ ਲਾਉਣਾ ਹੋਵੇ, ਵੇਖਿਆ ਕਿਸੇ ਪਾਰਟੀ 'ਚ ਗਏ ਹੋਈਏ ਕਿੱਡਾ ਉੱਚੀ ਉੱਚੀ ਬੋਲਦੇ ਬੰਦੇ, ਉਹ ਮੇਰੀ ਤਾਂ ਸੁਣ ਕਿੰਨਾ ਜ਼ੋਰ ਲਾਉਂਦੇ, ਇੱਥੇ ਲਾਓ ਨਾ ਥੋੜ੍ਹਾ ਜਿਹਾ। ਕਹਿਤ ਕਬੀਰਾ ਜੋ ਹਰ ਧਿਆਵੈ, ਕਹਿ ਸਿਮਰਨ ਕਰਦੇ ਧਿਆਉਂਦੇ ਨੇ ਨਾ, ਉੱਤੇ ਪੜ੍ਹੋ ਜੀਵਨ ਬੰਧਨ ਤੋਰੇ, ਜੀਵਨ ਜੀਵਤ ਬੰਧਨ ਤੋਰੇ, ਜੀਵਤ ਉਹ ਜੀਉਂਦਿਆਂ ਹੀ ਆਪਣੇ ਸਾਰੇ ਬੰਧਨ ਤੋੜ ਕੇ ਮੁਕਤ ਹੋ ਜਾਂਦਾ, ਜਿਹੜਾ ਕੀ ਕਰਦਾ ਹੈ ਜੋ ਹਰ ਧਿਆਵੈ, ਬੋਲੋ ਤੁਸੀਂ ਵੀ ਧਿਆਇਆ ਕਰੋ। ਇਹ ਕਥਾ ਸੁਣ ਕੇ ਇਸ ਤਰ੍ਹਾਂ ਨਹੀਂ ਗਾ ਵੀ ਤੁਸੀਂ ਕਥਾ ਸੁਣੀ ਅਤੇ ਮੈਂ ਕਥਾ ਕਰਕੇ ਚਲੇ ਗਿਆ, ਰੁਪਈਏ ਜੇਬ 'ਚ ਪਾ ਲਏ ਤੁਸੀਂ ਦੇ ਕੇ ਚਲੇ ਗਏ, ਨਾ ਬਈ ਇੱਥੇ ਲੈਣ ਦੇਣ ਦਾ ਕੋਈ ਚੱਕਰ ਨਹੀਂ, ਇੱਥੇ ਉਹ ਧਨ ਤੁਸੀਂ ਲੈਣ ਆਏ ਹੋ ਜਿਹਨੂੰ ਬਾਪੂ ਕਹਿੰਦਾ ਹਰ ਧਨ ਕੇ ਭਰ ਲਿਓ ਪੰਡਾਲਾ, ਨਾਨਕ ਗੁਰਪੂਰੇ ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਉਹ ਪੂੰਜੀ ਇਕੱਠੀ ਕਰਿਆ, ਮਹਾਰਾਜ ਧਨ ਸਾਰਿਆਂ ਨੂੰ ਉੱਚਾ ਸੁੱਚਾ ਜੀਵਨ ਬਖਸ਼ੇ ਅਤੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਵਰਤਾਏ। ਰੋਜ਼ ਆਓ ਕੱਲ੍ਹ ਨੂੰ, ਕੇਵਲ ਅਤੇ ਕੇਵਲ ਹੁਣ ਦੋ ਦਿਨ ਮਾਇਆ ਦਾ ਹੀ ਵਜਨ ਚੱਲਣਾ ਹੈ, ਸਰਪਣੀ 'ਤੇ ਉੱਪਰ ਨਹੀਂ ਬਲੀਆ, ਬੋਲੋ ਭਲਾ ਸਰਪਣੀ ਵੀਂਜ, ਸਪਣੀ ਸਪਣੀ ਵੀਂਜ ਮਾਇਆ, ਇਹਦੇ ਤੋਂ ਉੱਤੇ ਬਲਵਾਨ ਕੋਈ ਨਹੀਂ। ਕਿਤਨਾ ਉਹਨਾਂ ਦੀ ਵਿਆਖਿਆ ਕਰਦੇ ਨੇ ਮਾਇਆ ਦੀ ਮਹਾਰਾਜ ਜੀ, ਕੱਲ੍ਹ ਆਣ ਕੇ ਸਰਵਣ ਕਰਿਓ। ਵਾਹਿਗੁਰੂ ਜੀ ਕਾ ਖਾਲਸਾ।